ਜਸ ਪੰਜਾਬੀ ਤੇ ਪੰਜਾਬ ਬੋਲਦਾ ਵੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਹਾਂ ਕੁਲਵਿੰਦਰ ਸਿੰਘ ਤੇ ਪੰਜਾਬ ਬੋਲਦਾ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਸ਼ਾਮਲਾਟ ਜ਼ਮੀਨਾਂ ਦੀ, ਜਿਨ੍ਹਾਂ ਨੂੰ ਲੈ ਕੇ ਸੂਬੇ ਦੀ ਸਰਕਾਰ ਨਵਾਂ ਕਾਨੂੰਨ ਲਿਆ ਰਹੀ ਹੈ ਅਤੇ ਇਸ ਕਾਨੂੰਨ ਤੋਂ ਬਾਅਦ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਰੋਹ ਵਧਣਾ ਸ਼ੁਰੂ ਹੋ ਚੁੱਕਿਆ ਹੈ। ਇਸ ਕਾਨੂੰਨ ਦੇ ਮੁਤਾਬਕ ਸਰਕਾਰ ਸ਼ਾਮਲਾਟ ਦੀਆਂ ਜ਼ਮੀਨਾਂ ਨੂੰ ਅਕਵਾਇਰ ਕਰਕੇ ਅੱਗੇ ਕਾਰੋਬਾਰੀਆਂ ਨੂੰ ਦੇਵੇਗੀ। ਸਰਕਾਰ ਦਾ ਦਾਅਵਾ ਇਹ ਹੈ ਕਿ ਇਹਨਾਂ ਜ਼ਮੀਨਾਂ ਦੇ ਜ਼ਰੀਏ ਨਵੇਂ ਉਦਯੋਗ ਲੱਗਣਗੇ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਜਦਕਿ ਇਸ ਨੂੰ ਲੈ ਕੇ ਜੋ ਵਿਰੋਧ ਉੱਠ ਰਿਹਾ ਹੈ ਉਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਦੇ ਜ਼ਰੀਏ ਸਰਕਾਰ ਪੰਚਾਇਤਾਂ ਦੀਆਂ ਜੋ ਸਾਂਝੀਆਂ ਜ਼ਮੀਨਾਂ ਨੇ ਉਸ ਨੂੰ ਅਕਵਾਇਰ ਕਰਕੇ ਕਾਰੋਬਾਰੀਆਂ ਦੇ ਹੱਥਾਂ ਵਿੱਚ ਸੌਂਪ ਦੇਵੇਗੀ ਅਤੇ ਇਹਨਾਂ ਜ਼ਮੀਨਾਂ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਚੱਲਦਾ ਹੈ, ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਇਸ ਨਾਲ ਪ੍ਰਭਾਵਿਤ ਹੋਏਗੀ। ਇਸ ਲਈ ਇਹ ਲੋਕ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਨੇ। ਪੰਜਾਬ ਬਚਾਓ ਸੰਘਰਸ਼ ਕਮੇਟੀ ਦੇ ਵੱਲੋਂ ਲਗਾਤਾਰ ਜਿਹੜਾ ਇਸ ਖਿਲਾਫ਼ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਅਤੇ ਸੂਬੇ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਵਿਰੋਧ ਦੀਆਂ ਸੁਰਾਂ ਬੁਲੰਦ ਹੋ ਰਹੀਆਂ ਨੇ ਅਤੇ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਬਹੁਤ ਸਾਰੇ ਕਿਸਾਨ ਅਤੇ ਹੋਰ ਵੱਖ ਵੱਖ ਜਥੇਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਨੇ, ਇਸ ਵਿਸ਼ੇ 'ਤੇ ਚਰਚਾ ਕਰ ਰਹੀਆਂ ਨੇ। ਇਹਨਾਂ ਕਿਸਾਨ ਆਗੂਆਂ ਦੇ ਨਾਲ, ਮਜ਼ਦੂਰਾਂ ਦੇ ਨਾਲ ਅਤੇ ਜੋ ਵਿਦਵਾਨ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਸਰਕਾਰ ਜੇ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ ਉਹ ਆਖਰ ਪਿੰਡਾਂ ਦੇ ਲਈ ਕਿਸ ਹੱਦ ਤੱਕ ਨੁਕਸਾਨਦਾਇਕ ਸਾਬਤ ਹੋਏਗਾ ਅਤੇ ਅੱਗੇ ਜਿਹੜੀ ਆ ਉਹਨਾਂ ਦੀ ਕੀ ਕੁਝ ਰਣਨੀਤੀ ਰਹੇਗੀ, ਕਿਸ ਤਰੀਕੇ ਇਸ ਕਾਨੂੰਨ ਨੂੰ ਉਹ ਰੋਕਣ ਜਾ ਰਹੇ ਨੇ। ਪੰਜਾਬ ਸਰਕਾਰ ਦੀ, ਪੰਜਾਬ ਦੀ ਕੈਬਨਿਟ ਮੰਤਰੀ ਪਰਿਸ਼ਦ ਨੇ 27 ਨਵੰਬਰ ਨੂੰ 1964 ਦੇ ਵਿਲੇਜ ਕਾਮਨ ਲੈਂਡ ਐਕਟ ਦੇ ਤਹਿਤ ਜਿਹੜੇ ਨਿਯਮ ਬਣੇ ਸੀ ਉਹਦਾ ਨਿਯਮ 12 ਬਦਲ ਕੇ ਉਹਦੇ ਵਿੱਚ 12B ਜਮ੍ਹਾਂ ਕਰ ਦਿੱਤਾ, ਜਿਹਦੇ ਅਨੁਸਾਰ ਜਿਹੜੀ ਜ਼ਮੀਨ ਹੈ ਪੰਚਾਇਤਾਂ ਦੀ ਉਹ ਪੰਚਾਇਤਾਂ ਤੋਂ ਸਿੱਧੀ ਸਰਕਾਰ ਲੈ ਲਵੇ, ਖਰੀਦ ਲਵੇ। ਅਤੇ ਉਹਦੇ ਵਿੱਚ ਇਹ ਕਰ ਦਿੱਤਾ ਪ੍ਰਾਵਧਾਨ ਕਿ ਜੀ ਅਸੀਂ 25% ਪੈਸਾ ਹੁਣ ਦੇਵਾਂਗੇ, ਲੈਂਡ ਪੂਲਿੰਗ ਕਰਾਂਗੇ ਅਤੇ PSIEC ਰਾਹੀਂ ਇਹਨਾਂ ਦੇ ਪਲਾਟ ਕੱਟ ਕੇ ਅਸੀਂ ਇੰਡਸਟਰੀਲਿਸਟ ਨੂੰ ਦੇਵਾਂਗੇ ਤਾਂ ਕਿ MSME ਯਾਨੀ ਕਿ ਮਾਈਕਰੋ ਸਮਾਲ ਅਤੇ ਮੀਡੀਅਮ ਇੰਡਸਟਰੀ ਲਾਉਣ ਵਾਸਤੇ। ਉਹਨਾਂ ਦਾ ਦਾਅਵਾ ਵੀ ਇਹ ਜੀ ਇਹਦੇ ਨਾਲ ਤਾਂ ਰੁਜ਼ਗਾਰ ਵਧੇਗਾ, ਪੰਜਾਬ ਦਾ ਅਰਥਚਾਰਾ ਠੀਕ ਹੋਏਗਾ। ਹੁਣ ਅਸੀਂ ਇਹਨੂੰ ਕਹਿੰਦੇ ਵੀ ਉਜਾੜੇ ਦਾ ਬਿੱਲ ਹੈ, ਜੋ ਤੁਹਾਡਾ ਸਵਾਲ ਹੈ ਕਿ ਉਜਾੜਾ ਕਿਵੇਂ ਹੈ, ਅਸੀਂ ਇਹਨੂੰ ਉਜਾੜੇ ਦਾ ਬਿੱਲ ਇਸ ਤਰ੍ਹਾਂ ਕਹਿ ਰਹੇ ਹਾਂ ਕਿ ਜਿਹੜੀ ਇਹ ਜ਼ਮੀਨ ਹੈ 1,57,000 ਏਕੜ ਟੋਟਲ ਜ਼ਮੀਨ ਹੈ, ਜਿਹ 'ਚੋਂ 22,000 ਏਕੜ ਜਿਹੜੀ ਆ ਉਹ ਲੈਂਡ ਮਾਫੀਆ ਦੇ ਕਬਜ਼ੇ 'ਚ ਹੈ, 1,35,000 ਏਕੜ ਹੈ ਜਿਹੜੀ ਉਹਦੇ 'ਚੋਂ ਰਫਲੀ ਕਹਿ ਲਓ ਜੇ ਅਸੀਂ ਗਿਣੀਏ ਤਾਂ 45,000 ਏਕੜ ਜਿਹੜੀ ਆ ਉਹ ਦਲਿਤਾਂ ਨੂੰ ਮਿਲਣੀ ਹੈ ਖੇਤੀ ਵਾਸਤੇ ਅਤੇ ਬਾਕੀ ਦੀ 90,000 ਏਕੜ ਜਿਹੜੀ ਹੈ ਉਹ ਮਿਲਣੀ ਆ ਬਾਕੀ ਗਰੀਬ ਕਿਸਾਨ ਹੋਰ। ਇਹ ਨਹੀਂ ਮੈਂ ਕਹਿੰਦਾ ਵੀ ਸਾਰੇ ਗਰੀਬ ਕਿਸਾਨ ਹੀ ਲੈਂਦੇ ਨੇ, ਤਕੜੇ ਵੀ ਲੈ ਜਾਂਦੇ ਨੇ, ਪਰ 1,35,000 ਏਕੜ ਜਾਂ ਜ਼ਮੀਨ ਪੂਲ ਤੋਂ ਨਿਕਲ ਜੇਗੀ ਠੇਕੇ 'ਤੇ ਮਿਲਣ ਵਾਲੀ ਜ਼ਮੀਨ, ਆਪਾਂ ਨੂੰ ਪਤਾ ਹੀ ਜੇ ਕੋਈ ਚੀਜ਼ ਠੇਕੇ 'ਤੇ ਮੈਨੂੰ ਹਟੇਗੀ ਤਾਂ ਭਾਅ ਵਧਣਗੇ, ਇੱਕ ਤਾਂ ਉਹ ਸਾਰਿਆਂ ਦਾ ਉਜਾੜਾ ਹੋਊਗਾ, ਉਹਨਾਂ 'ਚੋਂ ਕਿਸੇ ਨੂੰ ਇੱਥੇ ਨੌਕਰੀ ਨਹੀਂ ਮਿਲਣੀ ਇਹਦੇ ਵਿੱਚ। ਦੂਜਾ ਇਹ ਵੀ ਇਹਨਾਂ ਜ਼ਮੀਨਾਂ ਰਾਹੀਂ ਮਨਰੇਗਾ ਦੇ ਕੰਮ ਹੁੰਦੇ ਨੇ, ਇਹਨਾਂ ਜ਼ਮੀਨਾਂ ਰਾਹੀਂ ਪਿੰਡ ਦੇ ਵਿੱਚ ਸਾਂਝੀਆਂ ਜਗ੍ਹਾ ਮੈਨੇਜ ਹੁੰਦੀਆਂ ਨੇ, ਇਹਨਾਂ ਜਗ੍ਹਾ ਰਾਹੀਂ ਸਕੂਲ, ਹਸਪਤਾਲ, ਸ਼ਮਸ਼ਾਨ ਘਾਟ, ਜਿਹੜਾ ਵੀ ਕੋਈ ਸਾਂਝਾ ਕੰਮ ਹੈ, ਟੋਭੇ ਬਣਾਉਣੇ ਨੇ, ਧਰਮਸ਼ਾਲਾ ਬਣਾਉਣੀ ਹੈ, ਡਾਕਖਾਨਾ ਬਣਾਉਣਾ, ਕੁਛ ਵੀ ਬਣਾਉਣਾ, ਆਂਗਨਵਾੜੀ ਸੈਂਟਰ ਬਣਾਉਣਾ, ਉਹਦੇ ਵਾਸਤੇ ਜ਼ਮੀਨ ਇੱਥੋਂ ਹੀ ਮਿਲਣੀ ਹੈ। ਜੇ ਨਹੀਂ ਹੋਏਗੀ, ਪਾਣੀ ਦੀ ਟੈਂਕੀ ਵੀ ਲਾਉਣੀ ਹੋਵੇ ਤਾਂ ਵੀ ਜ਼ਮੀਨ ਸਾਂਝੀ 'ਚੋਂ ਮਿਲਣੀ ਹੈ। ਜੇ ਸਾਂਝੀ ਜ਼ਮੀਨ ਹੀ ਖੋੜੀ ਤਾਂ ਫਿਰ ਪਿੰਡ ਦਾ ਨਾ ਪਾਣੀ ਮਿਲਣਾ, ਨਾ ਪੜ੍ਹਾਈ ਮਿਲਣੀ ਹੈ, ਨਾ ਹਸਪਤਾਲ ਖੋਲ੍ਹਣਾ ਹੈ, ਫਿਰ ਉਜਾੜਾ ਹੀ ਹੋਣਾ ਪਿੰਡ ਦਾ। ਨਾ ਉਹਨਾਂ ਦੀ ਜ਼ਮੀਨ ਦੀ ਜਿਹੜੀ ਰੈਗੂਲਰ ਆਮਦਨ ਹੈ, ਪਿੰਡ ਦੀਆਂ ਗਲੀਆਂ ਨਾਲੀਆਂ ਠੀਕ ਕਰਨੀਆਂ ਨੇ, ਪਿੰਡ ਦੇ ਕੋਈ ਹੋਰ ਖਰਚੇ ਕਰਨੇ ਨੇ, ਪਿੰਡ ਦੀ ਸਟਰੀਟ ਲਾਈਟ ਦੀ ਬਿਜਲੀ ਦਾ ਬਿੱਲ ਭਰਨਾ, ਪਿੰਡ ਦੇ ਸਕੂਲ ਦੀ ਕੋਈ ਚਾਰਦੀਵਾਰੀ ਬਣਾਉਣੀ, ਉਹਦੇ ਵਾਸਤੇ ਪੈਸਾ ਚਾਹੀਦਾ ਅਤੇ ਇਹ ਸਾਂਝੀ ਜ਼ਮੀਨ 'ਚੋਂ ਹੀ ਉਹਦਾ ਪੈਸਾ ਆਉਂਦਾ। ਇਹ ਦੱਸੋ ਕਿ ਹੁਣ ਅੱਗੇ ਇਹਦੇ ਵਿੱਚ ਕੀ ਹੋ ਸਕਦਾ ਹੈ, ਕਿਸ ਤਰੀਕੇ ਦਾ ਸੰਘਰਸ਼ ਦੇ ਖਿਲਾਫ ਹੋਣਾ ਚਾਹੀਦਾ ਹੈ, ਪਿੰਡ ਦੇ ਲੋਕਾਂ ਨੂੰ ਇਹ ਚੀਜ਼ ਕਿਸ ਤਰੀਕੇ ਸਮਝਣੀ ਚਾਹੀਦੀ ਹੈ, ਕਿਉਂਕਿ ਅਸੀਂ ਪਿੰਡਾਂ 'ਚ ਵੀ ਦੇਖਦੇ ਹਾਂ ਕਿ ਪਾਰਟੀਬਾਜ਼ੀ ਹੈਗੀ ਹੈ, ਬਹੁਤ ਸਾਰੇ ਪੱਧਰਾਂ 'ਤੇ ਪਿੰਡ ਵੰਡੇ ਹੋਏ ਹੈ, ਉਹਨਾਂ ਨੂੰ ਇਸ ਚੀਜ਼ ਨੂੰ ਕਿਸ ਤਰੀਕੇ ਸਮਝਣਾ ਚਾਹੀਦਾ ਹੈ ਅਤੇ ਅੱਗੇ ਇਸ ਸਮੱਸਿਆ ਦਾ ਹੱਲ ਉਹ ਕਿਵੇਂ ਕੱਢ ਸਕਦੇ? ਦੇਖੋ, ਅਸੀਂ ਸਮਝਦੇ ਹਾਂ ਵੀ ਇਹ ਧਰਮਾਂ 'ਚ, ਜਾਤਾਂ 'ਚ, ਫਿਰਕਿਆਂ 'ਚ ਜਾਂ ਪਾਰਟੀਆਂ ਦੇ ਵਿੱਚ ਜਾਂ ਇੱਕ ਇੱਕ ਪਾਰਟੀ ਦੇ ਤਿੰਨ ਤਿੰਨ ਚਾਰ ਚਾਰ ਧੜੇ ਨੇ, ਜਿਹੜੀ ਮਰਜ਼ੀ ਪਾਰਟੀ ਲੈ ਲਓ, ਉਹ ਕਹਾਂ ਉਹਨਾਂ ਦਾ ਆਪਦਾ ਇੰਟਰਸਟ ਹੈ ਵੀ ਇਹਨਾਂ ਨੂੰ ਵੀ ਲੜਾ ਕੇ ਰੱਖੋ ਤਾਂ ਕਿ ਇੱਕ ਨਾ ਭਰੂ ਜੇ ਸਾਡੇ 'ਚ, ਉਹ ਧੜਿਆਂ ਤੋਂ ਇਹਨਾਂ ਨੂੰ ਉੱਪਰ ਉੱਠਣਾ ਪੈਣਾ, ਪਹਿਲੀ ਗੱਲ। ਉਹਦੇ ਵਾਸਤੇ ਅਸੀਂ ਕੀ ਯਤਨ ਕਰਦੇ ਹਾਂ? ਇਹ ਤਾਂ ਕਹਿੰਦਾ ਤਾਂ ਸੌਖਾ ਵੀ ਉੱਪਰ ਉੱਠਣਾ ਪੈਣਾ। ਉਹਦੇ ਵਾਸਤੇ ਅਸੀਂ ਯਤਨ ਕਰ ਰਹੇ ਹਾਂ ਵੀ ਇਹਦਾ ਕਾਰਗਰ ਹਥਿਆਰ ਜਿਹੜਾ ਸਾਡਾ ਸੰਵਿਧਾਨਕ ਹੱਕ ਹੈ ਉਹ ਹੈਗੀ ਹੈ ਗ੍ਰਾਮ ਸਭਾ। ਗ੍ਰਾਮ ਸਭਾਵਾਂ ਦੇ ਇੱਕ ਤਾਂ ਅਸੀਂ ਮਤੇ ਪਾਸ ਕਰਾਵਾਂਗੇ ਵੀ ਅਸੀਂ ਨਹੀਂ ਜ਼ਮੀਨ ਦੇਣੀ, ਸਾਡੇ ਕੋਲ ਕੋਈ ਜ਼ਮੀਨ ਨਹੀਂ। ਅਤੇ ਉਹ ਹੀ ਕਹਿ ਰਿਹਾ ਜੇ ਸਰਕਾਰ ਕਾਨੂੰਨ ਨੂੰ ਬਾਈਪਾਸ ਕਰ ਸਕਦੀ ਹੈ, ਬੇਸ਼ੱਕ ਉਹਨਾਂ ਨੇ ਪੰਚਾਇਤਾਂ ਕੋਲ ਮਤੇ ਦੇ ਅਧਿਕਾਰ ਦੀ ਗੱਲ ਉਹ ਕਹਿ ਰਹੇ ਹੈ ਤਾਂ ਉਹ ਪੰਚਾਇਤਾਂ ਨੂੰ ਵੀ ਬਾਈਪਾਸ ਕਰ ਸਕਦੀ ਹੈ, ਫਿਰ ਪੰਚਾਇਤਾਂ ਕੋਲ ਕੀ ਬਚਿਆ? ਬਿਲਕੁਲ ਠੀਕ ਹੈ, ਪੰਚਾਇਤਾਂ ਨੂੰ ਬਾਈਪਾਸ ਕਰਨ ਦਾ ਤਾਂ ਉਹਨੇ ਉਹ ਹੁਣ ਤੱਕ ਕਿਹਾ ਵੀ ਪੰਚਾਇਤਾਂ ਦੇ ਮਤੇ ਪਵਾਵਾਂਗੇ, ਫਿਰ ਕਹਿੰਗੇ ਜਾਓ ਭਾਜੋ ਪੰਚਾਇਤ ਨਹੀਂ ਤਾਕਤ, ਪੰਚਾਇਤ ਕੋਲ ਤਾਕਤ ਹੈ ਨਹੀਂ ਅਸਲ 'ਚ, ਤਾਕਤ ਹੈ ਗ੍ਰਾਮ ਸਭਾ ਕੋਲ। ਜਦ ਗ੍ਰਾਮ ਸਭਾ ਇਕੱਠੇ ਹੋ ਕੇ ਫੈਸਲਾ ਕਰੇਗੀ, ਆਹ ਮਦਾਤਾ ਗਰੁੱਪ ਗਿਆ ਹੋਇਆ ਸੀ ਨਿਆਮਗਿਰੀ ਦੀਆਂ ਪਹਾੜੀਆਂ 'ਚ ਉੜੀਸਾ 'ਚ,
मैदानता ग्रुप के उत्ते लोगों ने ग्राम सभा राही फैसले करके कहता भी नहीं जमीन देनी असी तो उन्होंने अपना लखा तुखा चक के जाना पे वापस। सो ये ताकत की लड़ है कट्ठे होने की, कोई इन्ना सौखा काम नहीं है। इनू आप बैड ऑफ रोजेज नहीं है, है ये बड़ी सिंपल सड़क नहीं है भी असं तुरे जावे आराम नाल, इस लड़ाई की लड़ है। पर क्योंकि हुण अस्तित्व की लड़ाई है, हुण होंद की लड़ाई है पंजाब की, खास करके पंजाब के पिंडां दी, सानू लगता है जिन्ना क साडा तजर्बा पुराना रो असी इस पिंड बचाओ पंजाब बचाओ राही काम करते हैं तो सानू लगता भी होंद की लड़ाई लड़नगे लोग। ठीक है, साडा किसान आगू नछत्र सिंह बैदवान जी मौजूद ने। बैदवान साहब तुसीं दसो कि किसान जथेबंदियां दी भूमिका अहम रहूगी ये, तो तुहानू की लगता है कि हुण अगे किस तरीके नाल तुसीं इस चीज़ नूं रोकण जा रहे हो जो कह रहे कि पिंडां दा उजाड़ा हो जाएगा? दे अज यह शुरुआत हो गई है जी पिंड बचाओ कमेटी वालों, तो सानू भी स्पैशल मैसेज गया सी, असी रिप्रेजेंट करनी मैं आया सी, तो हुण असी अपनी यूनियन के नाल जिस तरह भी अगला प्रोग्राम होगा, क्योंकि 4 तरीक नूं इह पहला पटियाले जिले के सेरा सेरी वगैरह कितने भी वो अपना करम बरसर जी उन्हां दी कन्वीनरशिप हेठ जिथे भी मीटिंग होगी पहला उत्थे हिस्सा लेना, उस तो बाद फिर 18 जनवरी नूं संगरूर होनी है। तो साडी जथेबंदे वल्लों तां पिंडां दे लोकां दे पहले ही किसानां दी और जमीनां बचाण दे असी तां हक च हैं, तो असी पूरे तन मन दे नाल इन्हां दा साथ देवांगे। ये दसो कि पिंडां दे लोक तां पहले ही आप दीआं जमीनां नूं लैके निजी जमीनां नूं लैके झगड़ियां दे विच फसे हुए है, तो फिर हुण जिहड़ी सांझी जमीन है बहुत सारे लोग इस बारे समझ भी नहीं रखते कि सांझी जमीन पिंड दी है या किसी खास वर्ग की है, तो लोगों चों समझ किवें बनेगी? फिर लोगों के विच देखो जदों तकलीफ हुंदी है उदों ही बंदा नठ भज करदा हैगा, हुण तक तां सुते सिद्ध सी कि वो जिहड़ी जमीनां दी लड़ाई सी साडी आपसी लड़ाई सी, हुण ये लड़ाई साडे अपने कोल नहीं रहनी, ये सरकार दे नाल हो जानी है, क्योंकि जे असीं नहीं इस लड़ाई 'च भाग लवांगे तां कोई तीसरा इहदा फायदा उठा जाएगा। तुहानूं लगदा किसान जथेबंदियां इक होणगीआं क्योंकि किसान जथेबंदियां दे अलग अलग राह बणे होए? बेशक वो अपनी अपनी जथेबंदी दे अलग दे तौर ते और आउणा भी चाहीदा, क्योंकि हर एक साडी जथेबंदी दा सुभाअ है कोई ਮੇ ਟੇਬਲ ਤੇ ਬਹਿ ਕੇ ਗੱਲ ਕਰਨਾ ਚਾਹੁੰਦੀ ਹੈ, ਕੋਈ ਸੜਕ ਤੇ ਰੋਕ ਕੇ ਗੱਲ ਕਰਨਾ ਚਾਹੁੰਦੀ ਹੈ, ਕੋਈ ਸੰਘਰਸ਼ ਨੂੰ ਲੰਬਾ ਖਿੱਚ ਕੇ ਰਹਿ ਜੀ ਹੈ, ਲੇਕਿਨ ਸਾਰਿਆਂ ਦਾ ਰਲ ਮਿਲ ਕੇ ਟੀਚਾ ਇੱਕੋ ਹੈ ਕਿ ਸਰਕਾਰ ਨੂੰ ਓਬਜੈਕਸ਼ਨ ਕਰਕੇ ਉਹਨੂੰ ਸਹੀ ਰਾਹ ਤੇ ਲਿਆਇਆ ਜਾਵੇ। ਇਸ ਕਰਕੇ ਜੇ ਸਾਰੀ ਜਥੇਬੰਦੀਆਂ ਇੱਕੋ ਝੰਡੇ ਹੇਠਾਂ ਹੋ ਵੀ ਜਾਣਗੀਆਂ ਤਾਂ ਉਹਨਾਂ ਦਾ ਸੰਘਰਸ਼ 1-2 ਦਿਨ ਜਾਂ 4 ਦਿਨ ਵਾਸਤੇ ਰਹੇਗਾ, ਜਿੰਨਾ ਚਿਰ ਸਾਡੀਆਂ ਵੱਖ ਵੱਖ ਸੁਸਾਇਟੀਆਂ ਨੇ ਵੱਖ ਵੱਖ ਯੂਨੀਅਨਾਂ ਨੇ ਤਾਂ ਹਰ ਰੋਜ਼ ਕੋਈ ਨਾ ਕੋਈ ਸਰਕਾਰ ਦੇ ਨਾਲ ਉਹਨੂੰ ਜਗਾਉਂਦਾ ਰਹਿੰਦਾ ਅਤੇ ਪਬਲਿਕ ਦੇ ਵਿੱਚ ਅਵੇਅਰਨੈਸ ਚੱਲਦੀ ਰਹਿੰਦੀ ਹੈ, ਅਤੇ ਤੁਹਾਡੇ ਮੀਡੀਆ ਦੇ ਸਹਾਰਾ ਸਾਡੀ ਜਿਹੜੀ ਆਵਾਜ਼ ਹੈ ਉਹ ਹਰ ਰੋਜ਼ ਲੋਕਾਂ ਤੱਕ ਆਮ ਪਬਲਿਕ ਪਹੁੰਚਦੀ ਰਹਿੰਦੀ ਹੈ। ਠੀਕ ਹੈ, ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਨਾਲ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਧਿਰ ਹੈ, ਉਹਦੇ ਨੁਮਾਇੰਦੇ ਵੀ ਇੱਥੇ ਪਹੁੰਚੇ ਹੋਏ ਸੀ, ਉਹਨਾਂ ਨੇ ਵੀ ਚਰਚਾ ਦੇ ਵਿੱਚ ਆਪਣੀ ਗੱਲ ਰੱਖੀ ਹੈ। ਇੱਕ ਅਹਿਮ ਗੱਲ ਜਿਹੜੀ ਹੋਈ ਹੈ ਉਹ ਇਹ ਸੀ ਜੋ ਆਮ ਆਦਮੀ ਪਾਰਟੀ ਨੇ ਵੀ ਜ਼ਿਕਰ ਕੀਤਾ, ਇਸ ਤੋਂ ਪਹਿਲਾਂ ਵੀ ਇਹ ਮੁੱਦਾ ਚੁੱਕਿਆ ਜਾ ਚੁੱਕਿਆ ਹੈ ਕਿ ਜਿਹੜੀ PSIEC ਹੈ ਜਿਹਦੇ ਵਿੱਚ ਕਿ ਸਰਕਾਰ ਨੇ ਜਿਹੜਾ ਇਹ ਪੂਰੀਆਂ ਜ਼ਮੀਨਾਂ ਜਿਹਨਾਂ ਨੂੰ ਦੇਣੀਆਂ ਨੇ, ਉਹ ਖੁਦ ਜਿਹੜੀ ਹੈ ਉਹ ਇੱਕ ਘਪਲੇ ਦੇ ਵਿੱਚ ਫਸੀ ਹੋਈ ਹੈ। 1500 ਕਰੋੜ ਦੇ ਘਪਲੇ ਦਾ ਉਹਦਾ ਜ਼ਿਕਰ ਹੋਇਆ ਸੀ। ਸਾਡੇ ਨਾਲ ਨੁਮਾਇੰਦੇ ਮੌਜੂਦ ਨੇ ਇਕਬਾਲ ਸਿੰਘ ਜੀ ਅਤੇ ਗੋਬਿੰਦਰ ਮਿੱਤਲ ਜੀ ਮੌਜੂਦ ਨੇ। ਮਿੱਤਲ ਸਾਹਿਬ, ਸਭ ਤੋਂ ਪਹਿਲਾਂ ਇਹ ਦੱਸੋ ਕਿ ਜਿਹੜਾ ਤੁਸੀਂ ਅੱਜ ਜ਼ਿਕਰ ਕੀਤਾ ਅੰਦਰ PSIEC ਦਾ, ਉਹਦੇ ਬਾਰੇ ਦੱਸੋ ਕਿ ਉਹਦੇ ਕੋਲ ਜ਼ਮੀਨ ਜਾਏਗੀ ਤਾਂ ਉਹ ਸੁਰੱਖਿਅਤ ਕਿਉਂ ਨਹੀਂ ਹੈ? ਦੇਖੋ, ਜਦੋਂ PSIEC ਦਾ ਜ਼ਿਕਰ ਹੋਇਆ, PSIEC ਨੇ ਕੀ ਕੀਤਾ ਕਿ ਪਿੱਛੇ ਜਿਹੜੇ ਜ਼ਮੀਨਾਂ ਦਾ ਮਾਮਲਾ ਆਇਆ ਸੀ ਉਹਦੇ ਵਿੱਚ 1500 ਕਰੋੜ ਦਾ 1 ਕਰੋੜ ਦਾ ਉਹਨਾਂ ਦਾ ਫਰੋਡ ਜਿਹੜਾ ਹੈਗਾ ਉਹ ਨਿਕਲ ਕੇ ਆਇਆ। ਉਹਦੇ ਵਿੱਚ ਜਿਹੜੇ ਉਸ ਡਿਪਾਰਟਮੈਂਟ ਦੇ 18 IAS ਅਫਸਰ ਜਿਹੜੇ ਹੈਗੇ ਨੇ ਉਹ ਇਨਵੋਲਵ ਨੇ। ਜਦੋਂ 18 IAS ਲੋਕ ਇਨਵੋਲਵ ਨੇ ਤਾਂ ਉਹਨਾਂ ਨੇ ਕੀ ਕੀਤਾ, ਜਿਹੜੀ ਜ਼ਮੀਨਾਂ ਦੀ ਵੰਡ ਸੀ ਅਤੇ ਉਹ ਜਿਹੜੇ ਆਪਣੇ ਇੰਡਸਟਰੀਅਲ ਪਲਾਟ ਸੀ ਉਹਨਾਂ ਦੇ ਵਿੱਚ ਉਹਨਾਂ ਲੋਕਾਂ ਦੇ ਰਿਸ਼ਤੇਦਾਰ ਇਨਵੋਲਵ ਨੇ। ਜੋ ਰਿਸ਼ਤੇਦਾਰਾਂ ਦੇ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਜਦੋਂ ਉਹਨਾਂ ਦੇ ਉੱਪਰ ਕੇਸ ਲੱਗੇ IAS ਅਫਸਰਾਂ ਦੇ ਉੱਪਰ, ਤਾਂ ਉਹ ਹੁਣ ਜਦੋਂ ਜਿਹੜਾ ਕਾਨੂੰਨ ਹੈ, ਦੇਖੋ ਕਾਨੂੰਨ ਕੀ ਕਹਿੰਦਾ ਕਿ ਅਗਰ ਤੁਸੀਂ ਕਿਸੇ IAS ਅਫਸਰ ਨੂੰ ਜਾਂ ਕਿਸੇ ਸਰਕਾਰੀ ਅਧਿਕਾਰੀ ਨੂੰ ਪ੍ਰੋਸੀਕਿਊਟ ਕਰਨਾ ਤਾਂ ਉਹ ਪ੍ਰੋਸੀਕਿਊਟ ਕਰਨ ਤੋਂ ਪਹਿਲਾਂ ਸੈਕਸ਼ਨ 197 ਥੱਲੇ ਉਹਨਾਂ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਸੰਬੰਧਿਤ ਗਵਰਨਰ ਤੋਂ ਜਾਂ ਗੌਰਮੈਂਟ ਤੋਂ, ਜੋ ਜਿਸ ਗੌਰਮੈਂਟ ਦੇ ਉਹ ਨੁਮਾਇੰਦੇ ਨੇਗੇ। ਇਹ ਕਾਨੂੰਨ ਦੇ ਵਿੱਚ ਕਲੀਅਰ ਦਰਜ ਆ। ਜਦੋਂ ਉਹਨਾਂ ਦੀ ਪਰਮਿਸ਼ਨ ਲੈਣ ਦੀ ਗੱਲ ਆਈ ਤਾਂ ਸਰਕਾਰ ਨੇ ਬੜੀ ਚਲਾਕੀ ਦੇ ਨਾਲ ਕੀ ਕੀਤਾ, ਇੱਕ 3 ਹੋਰ ਅਫਸਰਾਂ ਦੀ ਕਮੇਟੀ ਬਣਾ ਦਿੱਤੀ ਕਿ ਇਸ ਦੀ ਇਨਵੈਸਟੀਗੇਸ਼ਨ ਕਰੇਗੀ। ਉਹ ਪਰਮਿਸ਼ਨ ਨਹੀਂ ਦਿੱਤੀ, ਉਲਟਾ ਇੱਕ ਕਮੇਟੀ ਹੋਰ ਬਣਾਤੀ। ਜਦੋਂ 3 ਅਫਸਰਾਂ ਦੀ ਕਮੇਟੀ ਬਣਾਈ ਤਾਂ ਉਹਨਾਂ ਨੇ ਇੱਕ ਕਮੇਟੀ ਦੇ ਵਿੱਚ ਆਪਣੀ ਇੱਕ ਰਿਪੋਰਟ ਦਰਜ ਕੀਤੀ ਕਿ ਇਹਨਾਂ ਦੇ ਉੱਪਰ ਕੋਈ ਕ੍ਰਿਮੀਨਲ ਚਾਰਜ ਨਹੀਂ ਲੱਗੇਗਾ, ਪਰ ਇਹਨਾਂ ਦੀ ਡਿਪਾਰਟਮੈਂਟਲ ਇਨਕੁਆਇਰੀ ਜਿਹੜੀ ਹੈਗੀ ਆ ਜ਼ਰੂਰ ਕੀਤੀ ਜਾਵੇਗੀ। ਹੁਣ ਜਦੋਂ ਗੱਲ ਡਿਪਾਰਟਮੈਂਟਲ ਇਨਕੁਆਇਰੀ ਕੀਤੀ ਜਾਵੇਗੀ ਤਾਂ ਮਤਲਬ ਉਹ ਦੋਸ਼ੀ ਹੈਗੇ ਨੇ। ਜਦੋਂ 3-ਮੈਂਬਰੀ ਕਮੇਟੀ ਨੇ ਮੰਨਿਆ, ਤੁਸੀਂ ਇਹ ਮੰਨ ਕੇ ਉਹਨਾਂ ਦੀ ਡਿਪਾਰਟਮੈਂਟਲ ਇਨਕੁਆਇਰੀ ਸ਼ੁਰੂ ਕਰ ਰਹੇ ਹੋ, ਪਰ ਉਹਨਾਂ ਦੇ ਉੱਤੇ ਫੌਜਦਾਰੀ ਮੁਕੱਦਮੇ ਦਰਜ ਨਹੀਂ ਕਰ ਰਹੇ, ਉਹਨਾਂ ਦੀ ਕੋਈ ਲਾਇਬਿਲਟੀ ਫਿਕਸ ਨਹੀਂ ਕਰ ਰਹੇ। ਇਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਾਡੇ ਲੀਡਰ ਹਰਪਾਲ ਸਿੰਘ ਚੀਮਾ ਜੀ ਨੇ ਉਹਨਾਂ ਨੇ ਇੱਕ ਲੀਗਲ ਨੋਟਿਸ ਜਿਹੜਾ ਹੈਗਾ ਸਾਰੀਆਂ ਧਿਰਾਂ ਨੂੰ ਭੇਜਿਆ, ਜਿਹਦੇ ਵਿੱਚ ਪੰਜਾਬ ਸਰਕਾਰ ਦੇ ਸਾਰੇ ਡਿਪਾਰਟਮੈਂਟ ਇਨਵੋਲਵ ਨੇ, PSIEC ਇਨਵੋਲਵ ਹੈ, ਉਹਨਾਂ ਦੇ ਨੁਮਾਇੰਦੇ ਇਨਵੋਲਵ ਨੇ, ਉਹਦੇ ਵਿੱਚ ਲੀਗਲ ਨੋਟਿਸ ਮੈਂ ਬਤੌਰ ਵਕੀਲ ਮੇਰੇ ਵੱਲੋਂ ਵੀ ਸੈਂਡ ਕੀਤਾ ਹੋਇਆ। ਉਹਦਾ ਟਾਈਮ ਜਿਹੜਾ ਪੀਰੀਅਡ ਸੀ ਉਹ 10 ਦਸੰਬਰ ਮੇਰੇ ਖਿਆਲ ਦਿੱਤੀ ਸੀ, ਐਗਜੈਕਟ ਮੇਰੇ ਹੁਣ ਧਿਆਨ 'ਚ ਨਹੀਂ, ਉਹ ਟਾਈਮ ਪੀਰੀਅਡ ਪੂਰਾ ਹੋ ਚੁੱਕਿਆ। ਇੱਕ ਰਿਮਾਈਂਡਰ ਫਿਰ ਅਸੀਂ ਹੁਣ ਉਹ ਕੱਢ ਰਹੇ ਹਾਂ ਉਹਨਾਂ ਦੇ ਆਧਾਰ 'ਤੇ, ਅਗਰ ਕੋਈ ਕਾਰਵਾਈ ਉਹਨਾਂ ਦੇ ਨਾ ਹੋਈ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਇਸ ਜਿਹੜਾ ਹੈਗਾ ਡਿਪਾਰਟਮੈਂਟ ਨੂੰ ਲੈ ਕੇ ਹਾਈਕੋਰਟ ਜਾਏ। ਠੀਕ ਹੈ ਇਕਬਾਲ ਜੀ, ਗੱਲ ਦੱਸੋ ਕਿ ਤੁਸੀਂ ਵੀ ਤੁਹਾਡਾ ਵਫਦ ਮਿਲ ਕੇ ਆਇਆ, ਗਵਰਨਰ ਸਾਹਿਬ ਨੂੰ ਮੰਗ ਪੱਤਰ ਤੁਸੀਂ ਸੌਂਪਿਆ ਹੈ, ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਹੈ,
ਤੁਸੀਂ ਹੁਣ ਅੱਗੇ ਇਸ ਮਸਲੇ ਦੇ ਵਿੱਚ ਕਿਸ ਤਰੀਕੇ ਇਸ ਮਸਲੇ ਨੂੰ ਚੁੱਕਣ ਜਾ ਰਹੇ ਹੋ, ਕੀ ਕੁਝ ਤੁਹਾਡੀ ਅੱਗੇ ਜਿਹੜੀ ਆ ਭੂਮਿਕਾ ਰਹਿਣ ਵਾਲੀ ਹੈ ਇਹਦੇ ਵਿੱਚ? ਨਹੀਂ ਦੇਖੋ, ਅਸੀਂ ਇਸੇ ਗੱਲ 'ਤੇ ਗਵਰਨਰ ਸਾਹਿਬ ਨੂੰ ਮਿਲੇ ਸੀ ਵੀ ਦੇਖੋ ਇਹਦਾ ਜਿਹੜਾ ਆਰਡੀਨੈਂਸ ਆਊਗਾ ਉਹਦੇ 'ਤੇ ਸਾਈਨ ਨਾ ਕਰਿਓ, ਬਹੁਤ ਲੋਕ ਮਾਰੂ ਨੀਤੀ ਹੈਗੀ ਇਹਨਾਂ ਦੀ, ਇਸ ਕਰਕੇ ਇਹਦੇ 'ਤੇ ਧਿਆਨ ਨਾਲ ਸਾਈਨ ਕਰਿਓ, ਇੱਦਾਂ ਨਾ ਕਰ ਦਿਓ ਵੀ ਹਾਂ ਸਰਕਾਰ ਨੇ ਭੇਜਤਾ ਤੁਸੀਂ ਸਾਈਨ ਕਰ ਦਿਓ, ਇਹਨੂੰ ਦੁਬਾਰਾ ਵਿਚਾਰ ਵਾਸਤੇ ਜ਼ਰੂਰ ਭੇਜਿਓ। ਹੁਣ ਗੱਲ ਇਹ ਹੈ ਵੀ ਜਿਹੜਾ ਇਹ ਸਰਕਾਰ ਉਤਰਿਆ ਹੀ ਨਾ ਲੋਕਾਂ ਨੂੰ ਲੁੱਟਣ ਵਾਸਤੇ, ਹੁਣ ਸਾਡੇ ਗੱਲ ਹੈ ਚੁਣੇ ਹੋਏ ਨੁਮਾਇੰਦੇ ਆ, ਸਾਡੇ ਹਿੱਤਾਂ ਦੀ ਰਾਖੀ ਵਾਸਤੇ ਇਹਨਾਂ ਨੂੰ ਭੇਜਿਆ ਜਾਂਦਾ, ਜਦਕਿ ਸਾਡੇ ਹਿੱਤਾਂ ਨੂੰ ਹੀ ਖਾਣ ਲੱਗ ਜਾਂਦੇ ਹੈਗੇ। ਮਤਲਬ ਉਹਨਾਂ ਨੂੰ ਤੁਹਾਡੀ ਗੱਲ ਮਿੱਤਰ ਸਾਹਿਬ ਉਹ ਗੱਲ ਠੀਕ ਹੈ ਕਿ ਸਵਾਲ ਉੱਠ ਰਹੇ ਨੇ, ਸ਼ਾਮ ਲਾਟ ਵਾਲੇ ਕਾਨੂੰਨ ਦੇ ਸਵਾਲ ਉੱਠ ਰਹੇ ਨੇ, ਗੱਲ ਇਹ ਕਿ ਮੁੱਖ ਵਿਰੋਧੀ ਧਿਰ ਕਿੱਥੇ ਆ? ਸਿਰਫ ਤੁਸੀਂ ਮੰਗ ਪੱਤਰ ਦੇਣ ਤੱਕ ਸੀਮਿਤ ਰਹੋਗੇ, ਅੱਗੇ ਆ ਹੁਣ ਤੁਹਾਡਾ ਅੱਗੇ ਜਿਹੜਾ ਟੀਚਾ ਕੀ ਰਹੇਗਾ, ਕਿਸ ਤਰੀਕੇ ਤੁਸੀਂ ਇਸ ਨੂੰ ਰੋਕੋਗੇ? ਨਹੀਂ ਦੇਖੋ, ਗੱਲ ਇਹ ਆ ਅਸੀਂ ਪਿੰਡ ਪਿੰਡ ਜਾ ਰਹੇ ਹਾਂ, ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ, ਲੋਕਾਂ ਨੂੰ ਇਹਦੇ ਬਾਰੇ ਜਾਗਰੂਕ ਵੀ ਕਰ ਰਹੇ ਹਾਂ, ਅਤੇ ਅਸੀਂ ਮੰਗ ਪੱਤਰ ਵੀ ਗਵਰਨਰ ਸਾਹਿਬ ਨੂੰ ਦਿੱਤਾ। ਗਵਰਨਰ ਸਾਹਿਬ ਨੇ ਬਕਾਇਦਾ ਸਾਨੂੰ ਉਸ ਦਿਨ ਭਰੋਸਾ ਦਿੱਤਾ ਕਿ ਅਸੀਂ ਇਹਦੀ ਜਿਹੜੀ ਰਿਪੋਰਟ ਬਣਾ ਕੇ ਭੇਜਾਂਗੇ, ਸੰਬੰਧਿਤ ਜਿਹੜਾ ਹੈਗੀ ਸਰਕਾਰ ਤੋਂ ਇਹਦੇ ਬਾਰੇ ਰਿਪੋਰਟ ਕਾਲ ਕਰਾਂਗੇ। ਅਗਲੀ ਗੱਲ, ਵਿਧਾਨ ਸਭਾ ਦੇ ਵਿੱਚ ਵੀ ਇਹ ਮਾਮਲਾ ਆਉਣ ਵਾਲੇ ਸੈਸ਼ਨ ਦੇ ਵਿੱਚ ਇਹ ਬੜੇ ਜ਼ੋਰ ਸ਼ੋਰ ਨਾਲ ਉੱਠਣ ਜਾ ਰਿਹਾ। ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ, ਜਿਵੇਂ ਗ੍ਰਾਮ ਸਭਾ ਦੀ ਗੱਲ ਹੋਈ ਹੈ, ਅੱਜ ਤੁਸੀਂ ਦੇਖੋ ਕਿ ਕਾਂਗਰਸ ਸਰਕਾਰ ਕਿੱਥੇ ਖੜ ਗਈ। ਕਾਂਗਰਸ ਦੇ ਜਿਹੜੇ ਨੇਤਾ ਸੀਗੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਜੀ, ਉਹਨਾਂ ਨੇ 73ਵੀਂ ਸੋਧ ਲੈ ਕੇ ਆਂਦੀ। 73ਵੀਂ ਸੋਧ ਕੀ ਸੀ? ਉਹਨਾਂ ਨੇ ਪੰਚਾਇਤਾਂ ਨੂੰ ਵੱਧ ਅਧਿਕਾਰ ਦਿੱਤੇ, ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਪੰਚਾਇਤੀ ਰਾਜ ਐਕਟ ਬੇਅੰਤ ਸਿੰਘ ਦੀ ਸਰਕਾਰ ਵੇਲੇ ਬਣਿਆ। ਹੁਣ ਅੱਜ ਦੀ ਮੌਜੂਦਾ ਸਰਕਾਰ ਜਿਹੜੀ ਹੈਗੀ ਆਪਣੇ ਲੀਡਰ ਦੀਆਂ ਸੋਧਾਂ ਨੂੰ ਮੱਦੇ ਅਣਗਹਿਲੀ ਕਰਕੇ, ਸੋਧਾਂ ਨੂੰ ਇਗਨੋਰ ਕਰਕੇ ਜਿਹੜਾ ਹੈਗਾ ਸਾਰਾ ਕਾਨੂੰਨ ਬਾਈਪਾਸ ਕਰਕੇ ਪੰਚਾਇਤਾਂ ਜਿਹੜੀਆਂ ਪਾਵਰਾਂ ਨੇ ਉਹ ਕਟੇਲ ਕਰ ਰਹੀ ਹੈ, ਤਾਂ ਇੱਕ ਬਹੁਤ ਮੰਦਭਾਗਾ ਆਉਣ ਵਾਲੇ ਦਿਨਾਂ ਦੇ ਵਿੱਚ ਪੂਰਾ ਪੰਜਾਬ ਜਿਹੜਾ ਹੈਗਾ ਇਹ ਇਸ ਗੱਲ ਨੂੰ ਲੈ ਕੇ ਸੜਕਾਂ 'ਤੇ ਆਏਗਾ। ਕੈਪਟਨ ਅਮਰਿੰਦਰ ਸਿੰਘ ਨੂੰ ਸਾਡੀ ਪੁਰਜ਼ੋਰ ਅਪੀਲ ਹੈ ਕਿ ਇਸ ਮਸਲੇ ਨੂੰ ਧਿਆਨ ਯੋਗ ਦੇਣ ਦੀ ਲੋੜ ਹੈ, ਨਹੀਂ ਤਾਂ ਪੰਜਾਬ ਜਿਹੜਾ ਹੈਗਾ ਇੱਕ ਬਲਦੀ ਦੇ ਬੂਹੇ 'ਤੇ ਜਾ ਬੈਠੇਗਾ। ਅਤੇ ਸ਼ਾਮ ਲਾਟ ਜ਼ਮੀਨਾਂ ਨੂੰ ਜੋ ਸਰਕਾਰ ਅਕੁਆਇਰ ਕਰਨ ਜਾ ਰਹੀ ਹੈ ਅਤੇ ਉਦਯੋਗਾਂ ਨੂੰ ਦੇਣ ਜਾ ਰਹੀ ਹੈ, ਉਸ ਦਾ ਵਿਰੋਧ ਲਗਾਤਾਰ ਹੋ ਰਿਹਾ ਅਤੇ ਇਸ ਮਸਲੇ ਨੂੰ ਲੈ ਕੇ ਬਹੁਤ ਸਾਰੇ ਕਿਸਾਨ ਜਿਹੜੇ ਸੀ ਅੱਜ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਪਹੁੰਚੇ ਹੋਏ ਸੀ, ਅਤੇ ਇਸੇ ਤਰ੍ਹਾਂ ਰਾਜਪੁਰਾ ਦੇ ਪਿੰਡਾਂ ਦੇ ਵੀ ਕੁਝ ਕਿਸਾਨ ਵੀਰ ਸਾਡੇ ਨਾਲ ਇੱਥੇ ਮੌਜੂਦ ਨੇ। ਉਹਨਾਂ ਨਾਲ ਇਸ ਤੋਂ ਪਹਿਲਾਂ 2011 ਦੇ ਵਿੱਚ ਵੀ ਇਸ ਤਰੀਕੇ ਦਾ ਤਜਰਬਾ ਹੋ ਚੁੱਕਿਆ, ਉਸ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੁਹਾਡਾ ਪਿੰਡ ਕਿਹੜਾ ਭਾਜੀ? ਕੀ ਨਾਂ ਤੁਹਾਡਾ? ਨਾਲ ਮੇਰਾ ਨਾਂ ਰਵਿੰਦਰ ਸਿੰਘ ਹੈ ਜੀ, ਪਿੰਡ ਆਕੜੀ। ਰਵਿੰਦਰ, ਤੁਸੀਂ ਦੱਸੋ ਕਿ ਤੁਸੀਂ ਜ਼ਿਕਰ ਕੀਤਾ ਸੀ ਅੰਦਰ ਕਿ ਇਸ ਤੋਂ ਪਹਿਲਾਂ ਵੀ 2011 'ਚ ਇਸ ਤਰੀਕੇ ਦੀ ਚੀਜ਼ ਹੋ ਚੁੱਕੀ ਹੈ ਜੋ ਹੁਣ ਸ਼ਾਮ ਲਾਟ ਦੀਆਂ ਜ਼ਮੀਨਾਂ ਪੂਰੇ ਪਿੰਡਾਂ 'ਚੋਂ ਪੰਜਾਬ 'ਚੋਂ ਸਰਕਾਰ ਅਕੁਆਇਰ ਕਰਨ ਜਾ ਰਹੀ ਹੈ। ਤੁਹਾਡੇ 2011 ਦੇ ਵਿੱਚ ਉਸ ਵੇਲੇ ਕੀ ਕੁਝ ਚੀਜ਼ ਹੋਈ ਸੀ ਅਤੇ ਤੁਸੀਂ ਉਸ ਨੂੰ ਅੱਜ ਦੀਆਂ ਚੀਜ਼ਾਂ ਦੇ ਨਾਲ ਕਿਵੇਂ ਜੋੜ ਰਹੇ ਹੋ? ਸਰ 2011 ਦੇ ਵਿੱਚ ਵੀ ਗੌਰਮੈਂਟ ਨੇ ਇਹਨੂੰ ਅਕੁਆਇਰ ਕੀਤਾ ਸੀ, ਪਰ ਅਸੀਂ ਉਸ ਸਮੇਂ ਸੰਘਰਸ਼ ਕੀਤਾ ਕਿਸਾਨਾਂ ਨੇ ਅਤੇ ਬਾਦਲ ਸਾਹਿਬ ਨੇ ਸਾਡੀ ਮੀਟਿੰਗਾਂ ਹੋਈਆਂ, 9 ਮੀਟਿੰਗਾਂ ਹੋਈਆਂ ਸਾਡੀਆਂ, ਬਕਾਇਦਾ ਰਿਕਾਰਡ ਪਿਆ ਜੀ, ਅਤੇ ਉਸ ਸਮੇਂ ਰੋਡ ਰੋਕੇ ਗਏ, ਮਰਨ ਵਰਤ ਰੱਖੇ ਗਏ, ਅਤੇ ਸਾਡੀ ਜਿਹੜੀ ਬਾਦਲ ਸਾਹਿਬ ਨਾਲ ਨੁਮਾਇੰਦਗੀ ਦੇ ਵਿੱਚ ਇਹ ਫੈਸਲਾ ਹੋਇਆ ਸੀ ਕਿ ਇਹ ਲੋਕ ਬਾਕੀ 50 ਸਾਲ ਤੋਂ ਇੱਥੇ ਕਾਬਜ਼ ਨੇ ਬੈਠੇ ਨੇ, SS ਚੰਨੀ ਪ੍ਰਿੰਸੀਪਲ ਸਕੱਤਰ ਸਾਹਿਬ ਨੇ ਉਹਨਾਂ ਨੇ ਜਿਹੜਾ ਰਿਕਾਰਡ ਹੈ ਪੂਰਾ ਖੰਗਾਲਿਆ, ਅਤੇ ਉਹ ਜਦੋਂ ਉਹਨਾਂ ਨੇ ਦੇਖਿਆ ਵੀ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਨਹੀਂ ਉਠਾਇਆ ਜਾ ਸਕਦਾ, ਕਿਉਂਕਿ ਗੌਰਮੈਂਟ ਵੱਲੋਂ ਸਾਡੀ ਇਹਨਾਂ ਖੇਤਾਂ ਦੇ ਵਿੱਚ ਸਾਡੇ ਆਪਣੇ ਨਾਂ 'ਤੇ ਮੋਟਰਾਂ ਲੱਗੀਆਂ ਹੋਈਆਂ ਜੀ, ਔਰ ਮੇਰੇ ਖਿਆਲ ਦੇ ਵਿੱਚ ਲੋਕ ਇਹ ਗੱਲ ਕਹਿੰਦੇ ਖੇਤੀ ਘਾਟੇ ਦਾ ਸੌਦਾ, ਪਰ ਮੈਂ ਇਸ ਗੱਲ ਨੂੰ ਨਹੀਂ ਮੰਨਦਾ, ਕਿਉਂਕਿ ਅਸੀਂ ਜੇ ਮਿਹਨਤ ਕਰਦੇ ਹਾਂ, ਮੇਰੇ ਕੋਲ 5 ਏਕੜ ਜ਼ਮੀਨ ਹੈ ਔਰ ਮੈਂ 5 ਏਕੜ ਦੇ ਉੱਤੇ ਆਪਣੀਆਂ ਮੇਰੇ 3 ਸਿਸਟਰ ਹੈ ਜੀ, ਉਹਨਾਂ ਨੂੰ ਵੀ ਪੜ੍ਹਾਇਆ ਅਤੇ ਪੂਰੇ ਪਰਿਵਾਰ ਦੇ ਪਾਲਣ ਪੋਸ਼ਣ ਕਰ ਰਿਹਾ, ਔਰ ਮੇਰੇ ਪਿੰਡ ਦੇ ਵਿੱਚ ਤੁਸੀਂ ਜਾ ਕੇ ਅਤੇ ਸਾਡੇ ਪਿੰਡਾਂ ਦੇ ਵਿੱਚ ਤੁਸੀਂ ਜਾ ਕੇ ਦੇਖੋ, ਮੀਡੀਆ ਨੂੰ ਜਾ ਕੇ ਦੇਖਣਾ ਚਾਹੀਦਾ ਹੈ, ਇਹ ਕਹਿੰਦੇ ਜੀ ਜ਼ਮੀਨ ਪੰਜਾਬ ਦੀ ਖਾਲੀ ਪਈ ਹੈ, ਸ਼ਾਮ ਲਾਟ 1 ਵੀ ਇੰਚ ਜ਼ਮੀਨ ਕਿਤੇ ਖਾਲੀ ਨਹੀਂ ਪਈ, ਸਿਰਫ ਦਫ਼ਤਰਾਂ ਦੇ ਵਿੱਚ ਬਾਬੂ ਬਹਿ ਕੇ ਇਹ ਗੱਲ ਕਰਦੇ ਨੇ ਕਿ ਜ਼ਮੀਨ ਖਾਲੀ ਪਈ ਹੈ, ਪਰ ਨਹੀਂ, ਤੁਸੀਂ ਫੀਲਡ ਦੇ ਵਿੱਚ ਜਾ ਕੇ ਦੇਖੋ, ਬਿਲਕੁਲ ਜ਼ਮੀਨ ਖਾਲੀ ਨਹੀਂ ਪਈ। ਜਿਹੜਾ ਅੱਜ ਸਰਕਾਰ ਇਹ ਫੈਸਲਾ ਕਰ ਰਹੀ ਹੈ ਸ਼ਾਮ ਲਾਟ ਦੀਆਂ ਜ਼ਮੀਨਾਂ ਨੂੰ ਲੈ ਕੇ, ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਤੁਸੀਂ ਪਹਿਲਾਂ ਆਵਾਜ਼ ਚੁੱਕੀ ਸੀ ਅਤੇ ਹੁਣ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਸ ਖਤਰੇ ਨੂੰ ਕਿਸ ਤਰੀਕੇ ਸਮਝਣ ਕਿ ਕੀ ਕੱਲ੍ਹ ਉਹਨਾਂ ਦੀ ਜ਼ਮੀਨ ਵੀ ਇਸ ਤਰੀਕੇ ਖੋਈ ਜਾਏਗੀ? ਬਿਲਕੁਲ ਜੀ, ਇਹ ਤਾਂ ਸਹੀ ਹੈ, ਇਹ ਤਾਂ ਦਿਖੇ ਰਿਹਾ ਜੀ, ਇਹ ਤਾਂ ਸ਼ੀਸ਼ਾ ਸਾਹਮਣੇ ਦਿਖ ਰਿਹਾ, ਅੱਜ ਸਾਡੇ 6 ਪਿੰਡਾਂ ਨਾਲ ਹੈ ਜੀ, ਇਹ ਤਾਂ ਪੂਰੇ ਪੰਜਾਬ 'ਤੇ ਤਲਵਾਰ ਲਟਕ ਗਈ, ਇਹ ਤਾਂ ਅੱਜ ਸ਼ਾਮ ਲਾਟ ਖੋਹੀ ਜਾ ਰਹੀ ਹੈ ਜੀ, ਆਉਣ ਵਾਲੇ ਸਮੇਂ 'ਚ ਤਾਂ ਮਾਲਕੀਤ ਵੀ ਖੋਣੀ ਇਹਨਾਂ ਨੇ। ਸਾਡੀ ਤਾਂ ਉਸ ਟਾਈਮ ਜ਼ਮੀਨ ਅਕੁਆਇਰ ਹੋ ਰਹੀ ਸੀ, ਹੁਣ ਤਾਂ ਇਹਨਾਂ ਨੇ ਕੈਬਨਿਟ 'ਚ ਮਨਜ਼ੂਰੀ ਦੇ ਦਿੱਤੀ ਨਾ, ਉਸ ਟਾਈਮ ਫੈਸਲਾ, ਮੇਰਾ ਪਿੰਡ ਸੇਰੀ ਹੈ, ਸਾਡੇ ਵੀ 200-300 ਏਕੜ ਜ਼ਮੀਨ ਹੈ ਜਿਹੜੀ ਅਕੁਆਇਰ ਕਰ ਰਹੇ ਸੀ, ਆਕੜ ਆਕੜੀ ਦੇ ਨਾਲ ਹੈ ਜ਼ਮੀਨ, ਹੁਣ ਉਦੋਂ ਅਕੁਆਇਰ ਕਰ ਰਹੇ ਸੀ, ਹੁਣ ਇਹਨਾਂ ਨੇ ਕੈਬਨਿਟ 'ਚ ਮਨਜ਼ੂਰੀ ਕਰੇ ਬਿੱਲ ਬਣਾ ਰਹੇ ਹੈ ਇਹ ਖੋਣ ਦਾ ਜ਼ਮੀਨ, ਮਤਲਬ ਉੱਥੇ ਸਾਡੇ ਦਲਿਤਾਂ ਕੋਲ ਵੀ ਜ਼ਮੀਨ ਹੈ ਸਾਰੀ, ਅਸੀਂ ਪਾਕਿਸਤਾਨ ਤੋਂ ਆਏ ਹੋਏ ਹਾਂ, ਸਾਡੇ ਬਜ਼ੁਰਗ, ਅਸੀਂ 3 ਪੀੜ੍ਹੀਆਂ ਤੋਂ ਖੇਤੀ ਕਰ ਰਹੇ ਹਾਂ, ਅਸੀਂ ਚਕੌਤਾ ਦਿੰਦੇ ਹਾਂ, ਚਕੌਤੇ ਦੀ ਜ਼ਮੀਨ ਲੈਂਦੇ ਹਾਂ, ਵਧੀਆ ਖੇਤੀ ਕਰ ਰਹੇ ਹਾਂ, ਵਧੀਆ ਪੜ੍ਹ ਰਹੇ ਹਾਂ, ਸਾਡੇ ਬੱਚੇ ਪੜ੍ਹ ਰਹੇ ਨੇ, ਪਰ ਇਹ ਹੁਣ ਇਹਨਾਂ ਨੇ ਕੈਬਨਿਟ 'ਚ ਮਨਜ਼ੂਰੀ ਦੇ ਕੇ
ਕਾਂਗਰਸ ਵਾਲੇ ਆ ਕੇ ਬਹਿੰਦੇ ਸੀ ਵੀ ਇਹ ਨਹੀਂ ਜਾਣੀ ਚਾਹੀਦੀ, ਅੱਜ ਕਾਂਗਰਸ ਲੈ ਕੇ ਬਹਿ ਰਹੀ ਹੈ, ਲੈ ਕੇ ਜਾ ਰਹੀ ਹੈ ਜ਼ਮੀਨ, ਅਤੇ ਸੁਖਵੀਰ ਬਾਦਲ ਜੀ ਆ ਕੇ ਬੈਠਣ ਨੂੰ ਤਿਆਰ ਨੇ। ਸਾਡੇ ਲੋਕਾਂ ਨੂੰ ਜਾਗਣਾ ਚਾਹੀਦਾ, ਲੋਕਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਕਿੱਥੇ ਜਾ ਰਹੇ ਹਾਂ, ਇਹ ਕੀ ਕਰ ਰਹੇ ਹਾਂ ਅਸੀਂ। ਇਹ ਤਾਂ ਸਿਰਫ ਨਾਂ ਬਦਲੇ ਆ, ਕਾਂਗਰਸ ਅਕਾਲੀਆਂ ਦਾ ਕੰਮ ਉਹੀ ਨੇ, ਸਾਰਾ ਕੁਛ ਉਹੀ ਹੈ। ਬਾਕੀ ਜੇ ਕੈਪਟਨ ਸਾਹਿਬ ਨੇ ਜ਼ਮੀਨ ਲਿਜਾਣੀ ਹੈ ਲੈ ਜੇ, ਸਾਡੇ ਵਾਸਤੇ ਸਲਫਾਜ਼ ਪ੍ਰੋਵਾਈਡ ਕਰਵਾ ਦੇ, ਅਸੀਂ ਖਾ ਲਾਂਗੇ, ਆਪਣੇ ਬੱਚਿਆਂ ਨੂੰ ਦੇ ਦਾਂਗੇ। ਸਾਡੇ ਕੋਲ ਕੁਛ ਵੀ ਹੈ ਨਹੀਂ ਗਾ ਜੀ। ਇੱਕ ਤਾਂ ਹੁੰਦਾ ਨਾ ਜੀ, ਪਿੰਡ ਆ ਕੇ ਦੇਖੋ, ਪਿੰਡ ਕੋਲ ਕਿਸੇ ਕੋਲ ਅੱਧਾ ਕਿੱਲਾ ਜ਼ਮੀਨ ਹੈ, ਕੋਈ ਉਹਦੇ 'ਚ ਆਪਣੇ ਪੱਠੇ ਬੀਜ ਰਿਹਾ, ਕੋਈ ਆਪਣਾ ਉਹ ਕਣਕ ਪੈਦਾ ਕਰ ਰਿਹਾ, ਜੀਰੀ ਪੈਦਾ ਕਰ ਰਿਹਾ, ਜਿਹਦੇ ਨਾਲ ਉਹ ਪੇਟ ਪਾਲ ਰਿਹਾ। ਇਸ ਤੋਂ ਕੁਛ ਵੀ ਚੀਜ਼ ਨਹੀਂ ਹੈ ਸਾਡੇ ਕੋਲ। ਸਾਡੇ ਕੀ ਲੱਗਦਾ ਜੀ ਕਿ ਨਵਾਂ ਜਿਹੜਾ ਕਾਨੂੰਨ ਹੈ ਉਹ ਕਿਸ ਤਰੀਕੇ ਨਾਲ ਪਿੰਡਾਂ ਦਾ ਉਜਾੜਾ ਕਰੇਗਾ? ਮੈਨੂੰ ਲੱਗਦਾ ਜਿਹੜਾ ਇਹ ਪੂਰੀ ਤਰ੍ਹਾਂ ਹੀ ਜਿਹੜਾ ਇਹ ਪਿੰਡ ਨੂੰ ਇੱਕ ਉਜਾੜਨ ਦਾ ਜਿਹੜਾ ਇੱਕ ਫੈਸਲਾ ਸਰਕਾਰ ਨੇ ਕੀਤਾ, ਕਿਉਂਕਿ ਇਹ ਇੱਕ ਪੂਰੇ ਸਾਰੇ ਜਿਹੜਾ ਪਿੰਡ ਨੂੰ ਇੱਕ ਪ੍ਰਭਾਵਿਤ ਕਰੇਗੀ, ਕਿਉਂਕਿ ਉਸੇ ਪਿੰਡ ਦੀ ਜਿਹੜੀ ਜ਼ਮੀਨ ਹੈ, ਸਾਂਝੀ ਜਿਹੜੀ ਜ਼ਮੀਨ ਹੈ, ਉਹ 'ਤੇ ਕਿੰਨਾ ਜਿਹੜਾ ਇੱਕ ਤਾਂ ਇਹ ਹੁੰਦਾ ਵੀ ਉਹ ਸਸਤੀ ਥੋੜ੍ਹਾ ਮਿਲ ਜਾਂਦੀ ਹੈ, ਅਤੇ ਕਾਫੀ ਜਿਹੜੇ ਬੇਜ਼ਮੀਨੇ ਲੋਕ ਹੈ ਉਹ ਵੀ ਉਹਨਾਂ ਦੇ ਨਾਲ ਉਹਨਾਂ ਦਾ ਡੈਰੀ ਦਾ ਧੰਦਾ ਵੀ ਜਿਹੜਾ ਕਾਫੀ ਪਰਿਵਾਰਾਂ ਦਾ ਜਿਹੜਾ ਉਹਦੇ 'ਤੇ ਚੱਲਦਾ, ਜਿਹਨਾਂ ਦੀ ਰੋਜ਼ੀ ਰੋਟੀ ਚੱਲਦੀ ਹੈ। ਅਤੇ ਦੂਸਰਾ ਜਿਹੜਾ ਇਹ ਵੀ ਹੈ ਵੀ ਜਿਹੜੀ ਜ਼ਮੀਨ ਹੈ, ਕਿਉਂਕਿ ਸਰਕਾਰਾਂ ਜਿਹੜੀਆਂ ਹੁਣ ਕਲਿਆਣਕਾਰੀ ਨਹੀਂ ਰਹੀਆਂ, ਸਾਨੂੰ ਇਹ ਲੱਗਦਾ ਵੀ ਇਹ ਜਿਹੜਾ ਫੈਸਲਾ ਇਹ ਪੂਰੀ ਤਰ੍ਹਾਂ ਇਹ ਨਹੀਂ ਹੈ, ਕੋਈ ਰੁਜ਼ਗਾਰ ਦੀ ਗੱਲ ਨਹੀਂ ਹੈ, ਕਿਉਂਕਿ ਰੁਜ਼ਗਾਰ ਅਸੀਂ ਪਹਿਲਾਂ ਵੀ ਦੇਖ ਰਹੇ ਹਾਂ, ਸਾਡੇ ਬੱਚੇ ਪੜ੍ਹ ਲਿਖ ਕੇ ਜਿਹੜੇ ਸੜਕਾਂ 'ਤੇ ਅੱਜ ਡਾਂਗਾ ਖਾ ਰਹੇ ਹੈ। ਇਹ ਵੱਡੇ ਘਰਾਣਿਆਂ ਨੂੰ ਇੱਕ ਲਟਾਉਣ ਦਾ ਜਿਹੜਾ ਇੱਕ ਫੈਸਲਾ ਜਿਹੜਾ ਸਾਨੂੰ ਇਹ ਲੱਗਦਾ ਸਰਕਾਰ ਜਿਹੜੀ ਦੇ ਰਹੀ ਹੈ। ਜਿਹੜਾ ਰੁਜ਼ਗਾਰ ਵਾਲੀ ਗੱਲ ਹੈ, ਤੁਹਾਨੂੰ ਯਕੀਨ ਨਹੀਂ ਕਿ ਸਰਕਾਰ ਕਹਿੰਦੀ ਰੁਜ਼ਗਾਰ ਪੈਦਾ ਹੋਣਗੇ ਇਹਦੇ ਨਾਲ? ਨਹੀਂ, ਸਾਨੂੰ ਨਹੀਂ ਇਹ ਲੱਗਦਾ ਵੀ ਕੋਈ ਰੁਜ਼ਗਾਰ ਜਿਹੜਾ ਫੈਸਲਾ, ਕਿਉਂਕਿ ਹੁਣ ਵੈਸੀ ਆਟੋਮੇਸ਼ਨ ਦਾ ਜਿਹੜਾ ਯੁੱਗ ਹੋ ਗਿਆ ਕਿ ਫੈਕਟਰੀਆਂ ਜਿਹੜੀਆਂ ਨੇ ਐਸੀਆਂ ਨੂੰ ਉੱਥੇ ਤਾਂ ਘੱਟ ਰਹੇ ਆ ਲਗਾਤਾਰ, ਜਿਹੜੇ ਆ ਜਿਹੜੇ ਕਰਮਚਾਰੀ ਹੈ ਮੁਲਾਜ਼ਮ ਹੈ, ਜਿੱਥੇ ਚੱਲ ਵੀ ਰਹੀਆਂ ਨੇ, ਔਰ ਇਹ ਤਾਂ ਬਹੁਤ ਵੱਡੇ ਤਬਕੇ ਨੂੰ ਇੱਕ ਰੁਜ਼ਗਾਰ ਦਿੱਤਾ ਹੋਇਆ ਜ਼ਮੀਨਾਂ ਨੇ, ਅਤੇ ਉਹ ਤਾਂ ਸਗੋਂ ਇੱਕ ਸਾਨੂੰ ਇਹ ਲੱਗਦਾ ਵੀ ਇਹ ਖੋਣ ਦਾ ਇੱਕ ਤਰੀਕਾ ਹੈ, ਇੱਕ ਉਜਾੜਨ ਦਾ। ਉਜਾੜੇ ਦੀ ਇੱਕ ਵੱਡੀ ਵਜ੍ਹਾ ਬਣੇਗਾ ਇਸ ਨੂੰ ਲੈ ਕੇ ਲੋਕਾਂ ਤੱਕ, ਸਭ ਤੋਂ ਪਹਿਲਾਂ ਗੱਲ ਇਹ ਕਿ ਲੋਕਾਂ ਤੱਕ ਇਹ ਗੱਲ ਪਹੁੰਚੇ, ਉਸ ਨੂੰ ਸਮਝਣ ਕਿ ਕਿਸ ਤਰੀਕੇ ਨਾਲ ਇਹ ਦਿੱਕਤ ਜਿਹੜੀ ਆ ਭਵਿੱਖ ਦੇ ਵਿੱਚ ਹੋਰ ਵੱਡੀ ਹੋਣ ਜਾ ਰਹੀ ਹੈ, ਇਸ ਲਈ ਇੱਕਜੁੱਟ ਉਹਨਾਂ ਨੂੰ ਹੋਣਾ ਪਏਗਾ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਾਂਗੇ, ਪੰਜਾਬ ਬੋਲਦਾ ਅੱਗੇ ਲਗਾਤਾਰ ਜਾਰੀ ਰਹੇਗਾ। ਪੰਜਾਬ ਸਰਕਾਰ ਸ਼ਾਮਲਾਟ ਜ਼ਮੀਨਾਂ ਨੂੰ ਉਦਯੋਗਾਂ ਦੇ ਹਵਾਲੇ ਕਰਨ ਜਾ ਰਹੀ ਹੈ, ਅਤੇ ਇਸ ਨੂੰ ਲੈ ਕੇ ਸੂਬੇ ਭਰ ਦੇ ਵਿੱਚ ਜਿਹੜਾ ਏ ਉਹ ਵਿਰੋਧ ਜਿਹੜਾ ਏ ਉੱਠਣਾ ਸ਼ੁਰੂ ਹੋ ਚੁੱਕਿਆ, ਅਤੇ ਇਸੇ ਮਸਲੇ ਦੇ ਉੱਤੇ ਵਿਚਾਰ ਚਰਚਾਵਾਂ ਵੀ ਲਗਾਤਾਰ ਹੋ ਰਹੀਆਂ ਨੇ। ਸਾਡੇ ਨਾਲ ਸੀਨੀਅਰ ਪੱਤਰਕਾਰ ਹਮੀਰ ਸਿੰਘ ਜੀ ਮੌਜੂਦ ਨੇ, ਜਿਨ੍ਹਾਂ ਨੇ ਅੱਜ ਚਰਚਾ ਦੇ ਵਿੱਚ ਹਿੱਸਾ ਲਿਆ, ਅਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਰ, ਇਹ ਦੱਸੋ ਕਿ ਤੁਸੀਂ ਅੱਜ ਜ਼ਿਕਰ ਕੀਤਾ ਕਿ ਇਹ ਪੰਜਾਬ ਦੀ ਜਿਹੜੀ ਹੋਂਦ ਹੈ, ਉਸਦੀਆਂ ਜੜ੍ਹਾਂ ਨੇ, ਉਸ ਨੂੰ ਕੁੱਟਣ ਵਾਲਾ ਫੈਸਲਾ ਸਾਬਤ ਹੋਏਗਾ, ਕਿਸ ਤਰੀਕੇ ਨਾਲ? ਕਿਉਂਕਿ ਪੰਜਾਬ ਦਾ ਅਜੇ ਵੀ ਜਿਹੜਾ ਚਰਿੱਤਰ ਹੈ, ਬੇਸਿਕਲੀ ਪਿੰਡਾਂ 'ਚ 62% ਪਾਪੂਲੇਸ਼ਨ ਰਹਿੰਦੀ ਹੈ, ਆਬਾਦੀ ਰਹਿੰਦੀ ਹੈ, ਔਰ ਜਿਨ੍ਹਾਂ ਦੀ ਰੋਜ਼ੀ ਰੋਟੀ ਇਹਨਾਂ ਜ਼ਮੀਨਾਂ 'ਤੇ ਜਾਂ ਬਾਕੀ ਕਿਤੇ ਹੋਰ ਜਿਹੜੀਆਂ ਸ਼ਾਮਲਾਟ ਸੀ ਜਾਂ ਦੂਜੀ ਅਗਰ ਖੇਤੀਬਾੜੀ ਹੈ, ਡੇਅਰੀ ਹੈ, ਇਹਦੇ 'ਤੇ ਨਿਰਭਰ ਹੈ, ਔਰ ਸ਼ਾਮਲਾਟ ਜ਼ਮੀਨਾਂ ਦਾ ਠੇਕਾ ਅਜੇ ਵੀ ਦੂਜੀ ਨਾਲੋਂ ਕਾਫੀ ਘੱਟ ਹੈ। 55,000 ਦੇ ਕਰੀਬ ਪ੍ਰਤੀ ਏਕੜ ਠੇਕਾ ਹੈ ਪੰਜਾਬ 'ਚ ਠੇਕ, ਵੈਸੇ ਸ਼ਾਮਲਾਟ ਜ਼ਮੀਨਾਂ ਦਾ ਲਗਭਗ 26,000 ਰੁਪਏ ਪਰ ਏਕੜ ਹੈ। ਇਸ ਲਈ ਜਿਹੜੇ ਗਰੀਬ ਨੇ, ਦਲਿਤ ਨੇ, ਬੇਜ਼ਮੀਨੇ ਨੇ, ਕੁਛ ਤਾਂ ਉਹ ਲੈ ਲੈਂਦੇ ਨੇ, ਥੋੜ੍ਹੀ ਬਹੁਤ ਜ਼ਮੀਨ, ਪਸ਼ੂ ਰੱਖ ਲਿਆ, ਦੁੱਧ ਪਾ ਲਿਆ, ਕੁਛ ਛੋਟਾ ਕਿਸਾਨ ਨਾਲ ਜਿਹੜੀ ਐਡੀਸ਼ਨਲ ਆਮਦਨ ਦੇ ਲਈ ਉਸ ਜ਼ਮੀਨ ਨੂੰ ਲੈ ਲੈਂਦਾ, ਔਰ ਜੇ ਇਹ ਜ਼ਮੀਨ ਨਾ ਰਹੀ ਤਾਂ ਉਹਨਾਂ ਦਾ ਡੇਅਰੀ ਦਾ ਧੰਦਾ ਵੀ ਚੌਪਟ ਹੋਏਗਾ, ਅਤੇ ਉਹਨਾਂ ਲਈ ਜਿਹੜੇ ਬਾਕੀ ਦੇ ਹੋਰ ਧੰਦੇ ਨੇ, ਜਿਵੇਂ 5 ਮਰਲੇ ਦਾ ਪਲਾਟ ਹੈ, ਜੇ ਕਿਸੇ ਕੋਲ ਦੇਣ ਦਾ, ਇੱਕ ਸਰਕਾਰ ਦੀ ਪਾਲਿਸੀ ਹੈ ਕਿ ਜੇ ਕਿਸੇ ਬੇਜ਼ਮੀਨੇ ਕੋਲ ਘਰ ਨਹੀਂ ਹੈ ਉਹਨੂੰ ਦਿੱਤਾ ਜਾ ਸਕਦਾ, ਉਹ ਫਿਰ ਕਿੱਥੇ ਮਿਲੇਗਾ? ਕੱਲ੍ਹ ਨੂੰ ਉਹਨਾਂ ਨੂੰ ਕੋਈ ਸਕੂਲ ਵੱਡਾ ਬਣਾਉਣਾ ਹੈ, ਉਹਦੇ ਲਈ ਕੋਈ ਜ਼ਿਆਦਾ ਜ਼ਮੀਨ ਚਾਹੀਦੀ ਹੈ, ਉਹ ਕਿੱਥੇ ਕਰੇਗਾ? ਔਰ ਜੇ ਪੰਚਾਇਤਾਂ ਕੋਲ ਇਹਦੀ ਆਮਦਨ ਆਉਣੀ ਬੰਦ ਹੋ ਗਈ ਤਾਂ ਉਦੋਂ ਬਾਅਦ ਨਾ ਸਕੂਲ ਦਾ ਬਿੱਲ ਭਰਿਆ ਜਾਣਾ, ਨਾ ਕਿਸੇ ਦਾ ਭਰਿਆ, ਪਰ ਜਾਂ ਗਲੀਆਂ ਨਾਲੀਆਂ ਅਜੇ 70 ਸਾਲ ਹੋ ਗਏ ਸਾਨੂੰ ਆਜ਼ਾਦੀ ਨੂੰ, ਅਜੇ ਉਹਦੇ 'ਚੋਂ ਨਹੀਂ ਨਿਕਲੇ ਬਾਕੀ ਗਰੰਟਾਂ ਦੇ ਨਾਲ ਤਾਂ, ਅਤੇ ਜੇ ਇੰਨੀ ਕੁ ਆਮਦਨ ਵੀ ਚਲੀ ਗਈ ਤਾਂ ਪਿੰਡ ਨੇ ਫਿਰ ਗੰਦਗੀ ਦਾ ਉਸੇ ਲਿਹਾਜ਼ ਦੇ ਨਾਲ ਮਾਹੌਲ ਪਿੰਡ ਦੇ ਵਿੱਚ ਬਹੁਤ ਖਰਾਬ ਹੋ ਜਾਣਾ। ਔਰ ਰੁਜ਼ਗਾਰ ਦਾ ਜਿੱਥੋਂ ਤੱਕ ਸਵਾਲ ਹੈ, ਰੁਜ਼ਗਾਰ ਬਲਕਿ ਜ਼ਿਆਦਾ ਉਜੜੂਗਾ ਮਿਲਣ ਦੀ ਬਜਾਏ, ਜਿਹੜਾ ਉਦਯੋਗ ਨੂੰ ਕਹਿੰਦੇ ਨੇ, ਉਦਯੋਗ 'ਚ ਤਾਂ ਰੁਜ਼ਗਾਰ ਹੁਣ ਹੈ ਹੀ ਨਹੀਂ, ਰੁਜ਼ਗਾਰ ਮਿਲ ਹੀ ਨਹੀਂ ਰਿਹਾ, ਕਿੱਥੇ ਮਿਲ ਰਿਹਾ? ਤੁਹਾਨੂੰ ਕੀ ਲੱਗਦਾ ਕਿ ਕਰਨਾ ਕੀ ਚਾਹੀਦਾ ਹੁਣ? ਸਭ ਤੋਂ ਪਹਿਲੀ ਗੱਲ ਜਿਹੜੀ ਹੈ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਾਂ ਪਿੰਡਾਂ ਦੇ ਲੋਕਾਂ ਨੂੰ ਇਸ ਦੇ ਖਿਲਾਫ ਕਿਹੜਾ ਕਦਮ ਹੈ ਜਿਹੜਾ ਸਭ ਤੋਂ ਪਹਿਲਾਂ ਉਹਨਾਂ ਨੂੰ ਚੁੱਕਣਾ ਚਾਹੀਦਾ? ਮੈਨੂੰ ਲੱਗਦਾ ਕਿ ਪਿੰਡਾਂ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਸਰਕਾਰ ਕੋਲ ਰੋਸ ਦਰਜ ਕਰਾਉਣਾ ਚਾਹੀਦਾ, ਇਕੱਠੇ ਹੋ ਕੇ ਮਾਸਜ ਦੇ ਰੂਪ ਦੇ ਵਿੱਚ, ਇਸ ਤਰੀਕੇ ਦੇ ਨਾਲ ਕਿ ਤੁਸੀਂ ਸਾਨੂੰ ਬਿਨਾਂ ਪੁੱਛੇ ਇੱਕ ਫੈਸਲਾ ਕਰਤਾ ਜਿਹੜਾ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਿਹਾ, ਅਸੀਂ ਇਹਦੀ ਇਜਾਜ਼ਤ ਨਹੀਂ ਦੇਵਾਂਗੇ। ਇੱਕ ਜਨਤਕ ਮੂਵਮੈਂਟ ਚਾਹੀਦੀ ਹੈ, ਉਹਦੇ ਨਾਲ ਦੀ ਨਾਲ ਇੱਕ ਕਾਨੂੰਨੀ ਪੱਖ ਵੀ ਇਹ ਹੈ, ਕਿਉਂਕਿ ਸੰਵਿਧਾਨ ਨੇ ਪਿੰਡ ਦੀ ਗ੍ਰਾਮ ਸਭਾ ਨੂੰ ਇਹ ਹੱਕ ਦਿੱਤਾ ਕਿ ਜ਼ਮੀਨ ਗ੍ਰਾਮ ਸਭਾ ਦੀ ਹੈ, ਪੰਚਾਇਤ ਦੀ ਨਹੀਂ ਹੈ ਇਕੱਲੀ, ਔਰ ਜੇ ਗ੍ਰਾਮ ਸਭਾ ਪੰਚਾਇਤ ਦੇ ਮਤੇ ਨੂੰ ਰੱਦ
ਉਹਦੇ 'ਚ ਫੈਸਲੇ ਕਿਵੇਂ ਹੁੰਦੇ ਨੇ, ਇਹ ਜਾਗਰੂਕਤਾ ਵੀ ਨਾਲ ਨਾਲ ਚਲਾਉਣੀ ਚਾਹੀਦੀ ਆ, ਪਿੰਡਾਂ 'ਚ ਗ੍ਰਾਮ ਸਭਾਵਾਂ ਬੁਲਾ ਕੇ ਸਰਕਾਰ ਦੀ ਪੋਲਿਸੀ ਰੱਦ ਕਰਨੀ ਚਾਹੀਦੀ। ਦੇਖੋ ਇੱਦਾਂ ਹੈਗਾ ਕਿ ਜਿਹੜੀ ਸ਼ਾਮਲਾਟ ਦੀ ਜ਼ਮੀਨ ਹੈ ਨਾ, ਇਹ ਪਿੰਡ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ, ਪਿੰਡ ਦੇ ਲੋਕਾਂ ਵਾਸਤੇ, ਪਿੰਡ ਦੀ ਪੰਚਾਇਤ ਵਾਸਤੇ, ਪਿੰਡ ਦੇ ਹੋਰ ਜਿਹੜੇ ਕੰਮ ਹੈਗੇ ਆ ਉਹ ਸ਼ਾਮਲਾਤ ਦੇ ਉੱਪਰ ਡਿਪੈਂਡ ਕਰਦੇ ਆ। ਸ਼ਾਮਲਾਤ ਦੇ ਨੂੰ ਜਿਹੜਾ ਹੈਗਾ ਪੈਸਾ ਵੀ ਆਉਂਦਾ ਉੱਥੋਂ, ਜਿਹੜਾ ਤੁਸੀਂ ਠੇਕੇ 'ਤੇ ਜ਼ਮੀਨ ਵਗੈਰਾ ਦਿੰਦੇ ਹੋ, ਔਰ ਜਿਹੜਾ ਪਸ਼ੂ ਚਾਰੇ ਵਾਸਤੇ ਵੀ ਬੜਾ ਇੰਪੋਰਟੈਂਟ ਹੁੰਦਾ। ਅਗਰ ਇਹ ਜ਼ਮੀਨ ਤੁਸੀਂ ਦੇ ਦਿੰਦੇ ਹੋ ਔਰ ਇਹ ਜ਼ਮੀਨ ਦੀ ਬੋਲੀ ਕਰ ਦਿੰਦੇ ਹੋ, ਉਹ ਪੈਸਾ ਤਾਂ ਸਾਰਾ ਖੁਰਦ ਬੁਰਦ ਹੋ ਜਾਣਾ, ਲੇਕਿਨ ਜ਼ਮੀਨ ਜਿਹੜੀ ਹੈਗੀ ਹੈ ਪਰਮਾਨੈਂਟਲੀ ਹਰ ਇੱਕ ਪਿੰਡ ਦੇ ਹੱਥੋਂ ਨਿਕਲ ਜਾਣੀ ਹੈ। ਔਰ ਉਹਦੇ ਨਿਕਲਣ ਨਾਲ ਕੀ ਹੋਗਾ ਕਿ ਪਿੰਡ ਜਿਹੜਾ ਹੈਗਾ ਬਿਲਕੁਲ ਹੀ ਜਿਹਨੂੰ ਕਹਿੰਦੇ ਰਿਸੋਰਸ ਲੈਸ ਹੋ ਜਾਏਗਾ। ਇਸ ਕਰਕੇ ਇਹ ਜਿਹੜਾ ਫੈਸਲਾ ਹੈ, ਇਹ ਫੈਸਲੇ ਨੂੰ ਮੁੜ ਵਿਚਾਰਨ ਦੀ ਲੋੜ ਹੈਗੀ ਹੈ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇਹ ਫੈਸਲਾ ਲੋਕਾਂ ਦੇ ਹੱਕ ਦੇ ਵਿੱਚ ਹੈ, ਪੰਚਾਇਤਾਂ ਦੇ ਹੱਕ ਦੇ ਵਿੱਚ ਹੈ, ਜਾਂ ਪਿੰਡ ਦੇ ਜਿਹੜੇ ਲੋਕ ਹੈ ਉਹਨਾਂ ਦੇ ਹੱਕ ਦੇ ਵਿੱਚ ਹੈ। ਉਹਦੀ ਵਜ੍ਹਾ ਹੈਗੀ ਹੈ ਕਿ ਜਿਹੜੀ ਰੂਰਲ ਪਾਪੂਲੇਸ਼ਨ ਹੈ ਉਹ ਆਲਰੇਡੀ ਬੜੇ ਡਿਸਟ੍ਰੈਸ ਦੇ ਵਿੱਚ ਹੈ, ਬੜੀ ਮੁਸੀਬਤ ਦੇ ਵਿੱਚ ਹੈਗੀ ਹੈ, ਉਹਨੂੰ ਤੁਸੀਂ ਫਰਦਰ ਮੁਸੀਬਤ 'ਚ ਪਾਓਗੇ ਅਗਰ ਤੁਸੀਂ ਇਸ ਤਰੀਕੇ ਦਾ ਫੈਸਲਾ ਲੈਂਦੇ ਹੋ ਜਿਹਦੇ ਵਿੱਚ ਸ਼ਾਮਲਾਤ ਦੀਆਂ ਸਾਰੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਜਾਂ ਉਹਨਾਂ ਦਾ ਪਾਰਟ ਜਿਹੜਾ ਹੈਗਾ ਉਹ ਖੋਹ ਲੈਂਦੇ ਹੋ ਪੰਚਾਇਤਾਂ ਦੇ ਕੋਲੋਂ ਜਾਂ ਪਿੰਡਾਂ ਦੇ ਕੋਲੋਂ। ਸਾਡੇ ਨਾਲ ਪ੍ਰੋਫੈਸਰ ਜਤਿੰਦਰ ਸਿੰਘ ਮੌਜੂਦ ਨੇ, ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪੜ੍ਹਾਉਂਦੇ ਨੇ, ਉਹਨਾਂ ਨੇ ਵੀ ਅੱਜ ਇੱਥੇ ਆਪਣੀ ਗੱਲ ਰੱਖੀ ਹੈ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਪ੍ਰੋਫੈਸਰ ਸਾਹਿਬ, ਇਹ ਦੱਸੋ ਕਿ ਜਿਹੜੀ ਇਹ ਚਰਚਾ ਹੋਈ ਹੈ ਇਹਦੇ ਵਿੱਚ, ਤੁਸੀਂ ਇਹਦਾ ਮੂਲ ਕੀ ਕਰਦੇ ਹੋ ਕਿ ਇਹ ਜਿਹੜੀ ਸਮੱਸਿਆ ਹੈ ਕਿਸ ਪੱਧਰ ਦੇ ਉੱਤੇ ਪੰਜਾਬ ਦੇ ਲਈ ਖਤਰਾ ਜਿਹੜੀ ਹੈ ਲੋਕਾਂ ਲਈ ਬਣ ਸਕਦੀ ਹੈ, ਖਾਸ ਤੌਰ 'ਤੇ ਪਿੰਡਾਂ ਲਈ? ਦੇਖੋ, ਪਹਿਲਾਂ ਤਾਂ ਇਹ ਵੀ ਹਲੇ ਇਹ ਨੋਟੀਫਿਕੇਸ਼ਨ ਦੇ ਤੌਰ 'ਤੇ ਆਇਆ, ਕੈਬਨਿਟ ਨੇ ਇਸ ਨੋਟੀਫਿਕੇਸ਼ਨ ਨੂੰ ਜਿਹੜੀ 27 ਨਵੰਬਰ ਦੀ ਮੀਟਿੰਗ ਹੋਈ ਹੈ, ਕੈਬਨਿਟ ਮੀਟਿੰਗ ਹੋਈ ਹੈ, ਉਹਦੇ 'ਚ ਪਾਸ ਕੀਤਾ ਹੈ। ਅਤੇ ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਇਸ ਜ਼ਮੀਨ ਨੂੰ ਜਿਹੜੀ ਕਾਰਪੋਰੇਸ਼ਨ ਹੈ ਉਹਦੇ ਦੇ ਉਹਨੂੰ ਜਿਹੜੀਆਂ ਪੰਚਾਇਤਾਂ ਨੇ ਜਾਂ ਜੇ ਜਿਹੜਾ ਪੰਚਾਇਤਾਂ ਦੇ ਦੁਆਰਾ ਮਤਾ ਪਾਸ ਕਰਕੇ ਕਾਰਪੋਰੇਸ਼ਨ ਨੂੰ ਦਿੱਤਾ ਜਾ ਸਕਦਾ ਅਤੇ ਕਾਰਪੋਰੇਸ਼ਨ ਅੱਗੇ ਉਹਨਾਂ ਨੂੰ ਵੇਚ ਸਕਦੀ ਹੈ। ਅਤੇ ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜੀਆਂ ਪੰਚਾਇਤਾਂ ਦੇ ਕੋਲ ਜ਼ਮੀਨ ਹੈਗੀ ਹੈ ਉਹ ਹੁਣ ਗ੍ਰਾਮ ਸਭਾ ਨੂੰ ਵੀ ਤੁਸੀਂ ਬਾਈਪਾਸ ਕਰਤਾ, ਗ੍ਰਾਮ ਸਭਾ ਦੇ ਤੌਰ 'ਤੇ ਵੀ ਤੁਹਾਨੂੰ ਪਿੰਡਾਂ 'ਚ ਗੱਲ ਕਰਨ ਦੀ ਲੋੜ ਨਹੀਂ, ਤੁਸੀਂ ਪੰਚਾਇਤਾਂ ਦੇ ਸਰਪੰਚ ਦੇ ਮਤੇ ਦੇ ਨਾਲ, ਪੰਚਾਇਤਾਂ ਦੇ ਮਤੇ ਦੇ ਨਾਲ ਇਹਨਾਂ ਨੂੰ ਪਾਸ ਕਰਕੇ ਤੁਸੀਂ ਇਹਨਾਂ ਨੂੰ ਜ਼ਮੀਨਾਂ ਨੂੰ ਵੇਚ ਸਕਦੇ ਹੋ। ਉਹਦੇ 'ਚ ਜਿਹੜਾ ਮਸਲਾ ਸਭ ਤੋਂ ਵੱਡਾ ਇਹ ਹੈ ਵੀ ਹਾਲਾਂਕਿ ਅਸੀਂ ਹਲੇ ਵੀ ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਕਹਿੰਦੇ ਹਾਂ, ਤਾਂ ਅਸੀਂ ਕਹਿੰਦੇ ਹਾਂ ਵੀ ਪੰਜਾਬ ਹੈ ਜਿਹੜਾ ਉਹ ਪਿੰਡਾਂ 'ਚ ਵੱਸਦਾ ਹੈ, ਅਤੇ ਪਿੰਡਾਂ 'ਚ ਜ਼ਮੀਨ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ, ਰੁਜ਼ਗਾਰ ਦੇ ਮਸਲੇ 'ਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ, ਉਹ ਮਾਣ ਸਨਮਾਨ ਦੇ ਮਸਲੇ 'ਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ, ਉਹ ਦਲਿਤਾਂ ਦਾ ਜਿਹੜਾ ਰੁਜ਼ਗਾਰ ਹੈ ਜਾਂ ਜਿਹੜੀ 33% ਜਿਹੜੀ ਜ਼ਮੀਨ ਹੈ ਉਹ ਜਿਹੜੀ ਠੇਕੇ 'ਤੇ ਲੈਣ ਦੀ ਜਿਹੜੀ ਲੜਾਈ ਲੜ ਰਹੇ ਨੇ ਉਹਦੇ ਮਸਲੇ 'ਤੇ ਬਹੁਤ ਇੰਪੋਰਟੈਂਟ ਹੁੰਦੀ ਹੈ। ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜਾ ਇਹ ਤੁਸੀਂ ਜਿਹੜਾ ਸਰਕਾਰ ਦਾ ਇਹ ਨੋਟੀਫਿਕੇਸ਼ਨ ਹੈ ਇਹ ਪੰਜਾਬ ਨੂੰ ਉਜਾੜਨ ਦਾ ਨੋਟੀਫਿਕੇਸ਼ਨ ਹੈ, ਇਹ ਪੰਜਾਬ ਨੂੰ ਬਚਾਉਣ ਦਾ ਨੋਟੀਫਿਕੇਸ਼ਨ ਨਹੀਂ ਹੈ। ਅਤੇ ਇਹ ਤੁਹਾਨੂੰ ਕੀ ਲੱਗਦਾ ਕਿ ਹੁਣ ਪਿੰਡਾਂ ਨੂੰ ਸਭ ਤੋਂ ਪਹਿਲਾਂ ਲੋਕਾਂ ਨੂੰ ਜਿਹੜੇ ਇਸ ਖਾਸ ਤੌਰ 'ਤੇ ਇਸ ਚੀਜ਼ ਨਾਲ ਪ੍ਰਭਾਵਿਤ ਹੋਣਗੇ ਉਹਨਾਂ ਦਾ ਅੱਗੇ ਹੁਣ ਕੀ ਕਦਮ ਹੋਣਾ ਚਾਹੀਦਾ ਇਸ ਨੋਟੀਫਿਕੇਸ਼ਨ ਤੋਂ ਬਾਅਦ? ਉਹਨਾਂ ਦਾ ਕਦਮ ਇਹੀ ਹੋਣਾ ਚਾਹੀਦਾ ਵੀ ਇਸ ਪਿੰਡਾਂ 'ਚ ਇਸ ਗੱਲ 'ਤੇ ਚਰਚਾ ਹੋਵੇ, ਵਿਚਾਰ ਹੋਵੇ, ਇਸ 'ਤੇ ਕੋਈ ਡੈਲੀਗੇਸ਼ਨ ਚਾਹੇ ਸਰਕਾਰ ਨੂੰ ਮਿਲੇ, ਧਰਨੇ ਮੁਜ਼ਾਹਰੇ ਹੋਣ। ਹਾਲਾਂਕਿ ਸੰਗਰੂਰ ਜ਼ਿਲ੍ਹੇ 'ਚ ਉਹਦਾ ਇੱਕ ਆਗਾਜ਼ ਵੀ ਹੋਇਆ, ਲੋਕਾਂ ਨੇ ਮੁਜ਼ਾਹਰਾ ਕਰਨਾ ਵੀ ਸ਼ੁਰੂ ਕੀਤਾ, ਜਥੇਬੰਦੀਆਂ ਨੇ ਮੁਜ਼ਾਹਰਾ ਕਰਨਾ ਵੀ ਸ਼ੁਰੂ ਕੀਤਾ। ਇਸ ਕਰਕੇ ਮੈਨੂੰ ਲੱਗਦਾ ਵੀ ਜਦੋਂ ਸਰਕਾਰ ਨਾ ਸੁਣੇ ਤਾਂ ਲੋਕਾਂ ਕੋਲ ਹੋਰ ਕੋਈ ਹੱਲ ਰਹਿ ਨਹੀਂ ਜਾਂਦਾ, ਲੋਕ ਹੀ ਸਰਕਾਰ ਨੂੰ ਸੁਣਾਉਣਗੇ। ਉਹਨਾਂ ਦਾ ਸੁਣਾਉਣ ਦਾ ਇੱਕੋ ਹੀ ਤਰੀਕਾ ਹੁੰਦਾ ਵੀ ਉਹ ਧਰਨੇ ਲਾਉਣ, ਉਹ ਮੁਜ਼ਾਹਰੇ ਕਰਨ, ਉਹ ਉਹਨਾਂ ਨੂੰ ਜਵਾਬਦੇਹ ਬਣਾਉਣ। ਕਿਉਂਕਿ ਜੇ ਸਰਕਾਰ ਜਵਾਬਦੇਹ ਨਹੀਂ ਹੈਗੀ ਫਿਰ ਲੋਕਾਂ ਕੋਲ ਇੱਕ ਹੀ ਚਾਰਾ ਹੁੰਦਾ, ਲੋਕ ਹੀ ਉਹਨਾਂ ਨੂੰ ਜਵਾਬਦੇਹ ਬਣਾ ਸਕਦੇ ਨੇ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਸੋ ਪ੍ਰੋਫੈਸਰ ਜਤਿੰਦਰ ਜਿੰਦ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸ ਬਾਰੇ ਸਭ ਤੋਂ ਪਹਿਲਾਂ ਇੱਕ ਬੁਨਿਆਦੀ ਸਮਝ ਜਿਹੜੀ ਹੈ ਲੋਕਾਂ 'ਚ ਪੈਦਾ ਹੋਣੀ ਜ਼ਰੂਰੀ ਹੈ, ਅਤੇ ਉਸ ਤੋਂ ਬਾਅਦ ਮਸਲਾ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਚਾਹੀਦਾ ਹੈ, ਭਾਵੇਂ ਉਹ ਵਫਦ ਦੇ ਜ਼ਰੀਏ ਪਹੁੰਚਾਇਆ ਜਾਵੇ ਜਾਂ ਫਿਰ ਉਸ ਦੇ ਲਈ ਧਰਨੇ ਮੁਜ਼ਾਹਰੇ ਦੇਣੇ ਪੈਣ, ਤਾਂ ਜੋ ਇਹ ਗੱਲ ਜਿਹੜੀ ਹੈ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਅਤੇ ਸਰਕਾਰ ਇਹ ਸਮਝ ਸਕੇ ਕਿ ਇਹ ਜ਼ਮੀਨਾਂ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦਾ ਆਧਾਰ ਨੇ, ਦੇਸ਼ ਨੂੰ ਇਸ ਤਰੀਕੇ ਸਰਕਾਰ ਜਿਹੜੀ ਹੈ ਉਹ ਕਾਰੋਬਾਰੀਆਂ ਦੇ ਹੱਥਾਂ ਦੇ ਵਿੱਚ ਨਹੀਂ ਦੇ ਸਕਦੀ। ਅਤੇ ਇਸ ਦੇ ਨਾਲ ਹੀ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਹੈ ਨਹੀਂ। ਧੰਨਵਾਦ।